ਕਦੇ ਵੀ ਕਿਸੇ ਦੇ ਰਾਹਾਂ ਦੇ ਵਿੱਚ ਕੰਢੇ ਨਾ ਖਿਲਾਰੋ। ਕੋਈ ਪਤਾ ਨਹੀਂ ਕਦੋਂ ਤੁਹਾਨੂੰ ਉਹਨਾਂ ਹੀ ਰਾਹਾਂ ਤੋਂ ਨੰਗੇ ਪੈਰ ਤੁਰਨਾ ਪੈ ਜੇ। ਸੋ ਜ਼ਿੰਦਗੀ ਦੇ ਉਸੂਲ ਨੇ, ਜੇ ਅਸੀਂ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਦਾ ਬੁਰਾ ਸੋਚਦੇ ਹਾਂ ਜਾਂ ਫਿਰ ਕਿਸੇ ਨੂੰ ਬੁਰੀ ਨਜ਼ਰ ਦੇ ਨਾਲ ਆਪਣੇ ਮਨ ਦੇ ਵਿੱਚ ਜ਼ਹਿਨ ਦੇ ਵਿੱਚ ਚਿਤਾਰਦੇ ਆ, ਤਾਂ ਕੱਲ੍ਹ ਨੂੰ ਉਹ ਬੁਰਾਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਸਾਹਮਣੇ ਜ਼ਰੂਰ ਆਉਂਦੀ ਹੈ। ਸੋ ਇਸੇ ਕਰਕੇ ਜ਼ਿੰਦਗੀ 'ਚ ਕਹਿੰਦੇ ਨੇ ਕਿ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ। ਪਤਾ ਨਹੀਂ ਰੱਬ ਕਿਹੜੇ ਵੇਲੇ ਤੁਹਾਨੂੰ ਵੇਖ ਰਿਹਾ ਹੁੰਦਾ, ਅਤੇ ਉਸ ਬੁਰਾਈ ਦਾ ਜਦੋਂ ਤੁਹਾਨੂੰ ਫਲ ਮਿਲਦਾ ਨਾ, ਫਿਰ ਕਈ ਵਾਰ ਉਹ ਚੁੱਕਿਆ ਨਹੀਂ ਜਾਂਦਾ। ਸੋ ਇਸੇ ਕਰਕੇ ਕਹਿੰਦੇ ਕਿ ਆਪਣੇ ਆਪ ਨੂੰ, ਆਪਣੀ ਸੋਚ ਨੂੰ, ਆਪਣੇ ਵਿਚਾਰਾਂ ਨੂੰ, ਆਪਣੇ ਮਨ ਨੂੰ ਹਮੇਸ਼ਾ ਬੁਰਾਈ ਤੋਂ ਦੂਰ ਰੱਖਿਆ ਜਾਵੇ। ਜਿੰਨੇ ਚੰਗੇ ਇਨਸਾਨ ਬਣ ਕੇ ਚੱਲਾਂਗੇ ਨਾ ਦੁਨੀਆ ਦੇ ਵਿੱਚ, ਹਮੇਸ਼ਾ ਯਾਦ ਰੱਖੋ, ਬੇਸ਼ੱਕ ਕਈ ਮੋੜ 'ਤੇ ਤੁਹਾਨੂੰ ਡੋਲਣਾ ਪੈ ਸਕਦਾ, ਡਿੱਗਣਾ ਪੈ ਸਕਦਾ, ਲੋਕ ਤੁਹਾਨੂੰ ਪਿੱਛੇ ਧੱਕ ਸਕਦੇ ਨੇ, ਪਰ ਜੇ ਤੁਸੀਂ ਸੱਚਾਈ ਦੇ ਮਾਰਗ 'ਤੇ ਚੱਲਦੇ ਹੋ ਨਾ, ਤਾਂ ਇੱਕ ਅਦ੍ਰਿਸ਼ ਸ਼ਕਤੀ ਜਿਹੜੀ ਆ ਨਾ ਤੁਹਾਡੇ ਅੰਤਰ ਮਨ ਦੇ ਵਿੱਚ, ਅੰਤਰ ਆਤਮਾ ਦੇ ਵਿੱਚ, ਤੁਹਾਡੇ ਦਿਲ ਦੇ ਵਿੱਚ ਹੁੰਦੀ ਹੈ ਨਾ, ਉਹ ਹਮੇਸ਼ਾ ਤੁਹਾਨੂੰ ਅੱਗੇ ਵਧਣ ਦੇ ਲਈ ਪ੍ਰੇਰਿਤ ਕਰਦੀ ਆ, ਅਤੇ ਉਹੀ ਪ੍ਰੇਰਨਾ ਸਾਨੂੰ ਜ਼ਿੰਦਗੀ ਦੇ ਵਿੱਚ ਉੱਚਾਈ ਦੀਆਂ ਪੌੜੀਆਂ ਜਿਹੜੀਆਂ ਨੇ ਉਹਨਾਂ ਦੇ ਰਾਹਾਂ ਨੂੰ ਦਿਖਾਉਂਦੀ ਹੈ, ਅਤੇ ਅਸੀਂ ਉਹਨਾਂ ਰਾਹਾਂ 'ਤੇ ਤੁਰਦੇ ਹਾਂ ਅਤੇ ਜ਼ਿੰਦਗੀ ਦੇ ਵਿੱਚ ਅੱਗੇ ਵੱਧਦੇ ਹਾਂ, ਕਾਮਯਾਬੀਆਂ, ਤਰੱਕੀਆਂ ਜਿਹੜੀਆਂ ਨੇ ਫਿਰ ਸਾਡੇ ਕਦਮਾਂ ਨੂੰ ਚੁੰਮਦੀਆਂ ਨੇ। ਪਰ ਇਹ ਹੁੰਦਾ ਉਦੋਂ ਹੀ ਹੈ ਜਦੋਂ ਤੁਸੀਂ ਇੱਕ ਨੇਕ, ਸਾਫ਼ ਦਿਲ ਅਤੇ ਰੂਹ ਦੇ ਨਾਲ ਲੋਕਾਂ ਦੇ ਵਿੱਚ ਵਿਚਰਦੇ ਹੋ। ਸੋ ਹਮੇਸ਼ਾ ਚੰਗਾਈ, ਅੱਛਾਈ ਜਿਹੜੀ ਹੈ ਨਾ, ਉਹਦੇ ਨਾਲ ਤੁਹਾਡੇ ਦਿਲ, ਤੁਹਾਡੀ ਆਤਮਾ ਸ਼ੁੱਧ ਹੁੰਦੀ ਹੈ, ਅਤੇ ਤੁਸੀਂ ਜਿਹੜੇ ਆ ਆਪਣੇ ਰਾਹਾਂ 'ਤੇ, ਆਪਣੇ ਮਾਰਗਾਂ 'ਤੇ ਸਹੀ ਤਰੀਕੇ ਦੇ ਨਾਲ, ਸਹੀ ਨਜ਼ਰ ਦੇ ਨਾਲ, ਸਹੀ ਨਜ਼ਰੀਏ ਦੇ ਨਾਲ ਜਦੋਂ ਤੁਰਦੇ ਹੋ, ਫਿਰ ਤਰੱਕੀਆਂ ਆਪਣੇ ਆਪ ਤੁਹਾਡੀ ਝੋਲੀ ਤੱਕ ਪਹੁੰਚ ਜਾਂਦੀਆਂ ਨੇ। ਉਮੀਦ ਤੁਹਾਨੂੰ ਸਾਰਿਆਂ ਨੂੰ ਅੱਜ ਦਾ ਵਿਚਾਰ ਚੰਗਾ ਲੱਗਿਆ ਹੋਏਗਾ। ਸੋ ਬਿਲਕੁਲ ਜੀ, ਸਾਡੇ ਪ੍ਰੋਗਰਾਮ ਦੇ ਸਪੋਂਸਰਸ ਜਿਹੜੇ, ਉਹਨਾਂ ਦਾ ਧੰਨਵਾਦ ਸਭ ਤੋਂ ਪਹਿਲਾਂ ਬਣਦਾ, ਜਿਨ੍ਹਾਂ ਦੇ ਵਿੱਚ ਕਮਲਜੀਤ ਕੌਰ ਜੀ ਇਟਲੀ ਤੋਂ, ਜਿਨ੍ਹਾਂ ਨੇ ਆਪਣੇ ਬੇਟੇ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਸਾਡੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਕਮਲਜੀਤ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਅਤੇ ਨਾਲ ਹੀ ਬਖਸ਼ੀ ਜੀ ਦੁਬਈ ਤੋਂ, ਜੋ ਹਮੇਸ਼ਾ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ। ਸੋ ਬਖਸ਼ੀ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਅਤੇ ਨਾਲ ਹੀ ਜਸਵਿੰਦਰ ਜੀ ਵਿਨੀਪੈਗ ਤੋਂ, ਅਤੇ ਜਸਵਿੰਦਰ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨੂੰ ਸਪੋਂਸਰ ਕਰਨ ਦੇ ਲਈ, ਮਾਨਤਾਨ ਬਖਸ਼ਣ ਦੇ ਲਈ, ਅਤੇ ਨਾਲ ਹੀ ਜਿਹੜੇ ਹੈਗੇ ਆਪਣੇ ਇੱਕ ਇਟਲੀ ਤੋਂ ਸਾਡੇ ਸਰੋਤੇ, ਜੋ ਹਮੇਸ਼ਾ ਆਪਣੇ ਨਾਮ ਦੀ ਸਾਂਝ ਪਾਉਣ ਤੋਂ ਗੁਰੇਜ਼ ਕਰਦੇ ਨੇ, ਪਰ ਹਮੇਸ਼ਾ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਰਹਾਂਗੇ ਕਿਉਂਕਿ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਪ੍ਰੋਗਰਾਮ ਦੇ ਸਪੋਂਸਰਸ ਦਾ। ਅਤੇ ਹੁਣ ਤੁਹਾਨੂੰ ਦੱਸ ਦਈਏ ਕਿ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ, ਇਸਦਾ ਨਾਮ ਹੈ ਜੀ ਸਾਡੇ ਨਾਲ ਨਾਲ ਚੱਲੋ ਜੀ। ਇਸ ਪ੍ਰੋਗਰਾਮ ਦੇ ਵਿੱਚ ਹਰ ਸ਼ਨੀਵਾਰ ਤੁਹਾਡੀ ਸਾਂਝ ਜਿਹੜੀ ਹੈ ਪੈਂਦੀ ਹੈ। ਸੋ ਨਾਲ ਨਾਲ ਚੱਲੋ ਪ੍ਰੋਗਰਾਮ ਦੇ ਵਿੱਚ ਆਪਾਂ ਨਾਲ ਨਾਲ ਚੱਲਣ ਦਾ ਇੱਕ ਕਾਫਿਲਾ ਜਿਹੜਾ ਉਸ ਨੂੰ ਲੈ ਕੇ ਚੱਲਦੇ ਹਾਂ, ਜਿਹਦੇ ਵਿੱਚ ਤੁਸੀਂ ਸਾਰੇ ਜਿਹੜੇ ਆ ਸਾਡੇ ਨਾਲ ਹੁੰਦੇ ਹੋ, ਅਤੇ ਆਪਾਂ ਫਿਰ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਦੀ, ਵਿਚਾਰਾਂ ਦੀ, ਗੀਤ ਸੰਗੀਤ ਦੀ, ਬੋਲੀਆਂ ਦੀ, ਕਵਿਤਾਵਾਂ ਦੀ, ਸੋ ਹਰ ਉਹ ਰੰਗ ਜਿਹੜਾ ਸਾਡੇ ਵਿਰਸੇ ਦੇ ਨਾਲ, ਸਾਡੀ ਵਿਰਾਸਤ ਦੇ ਨਾਲ ਜੁੜਿਆ ਹੁੰਦਾ, ਸਾਡੀ ਜ਼ਿੰਦਗੀ ਦਾ ਹਿੱਸਾ ਹੁੰਦਾ, ਉਸ ਦੇ ਨਾਲ ਸਾਡੀ ਸਾਂਝ ਪੈਂਦੀ ਹੈ। ਸੋ ਅੱਜ ਤੁਸੀਂ ਇਸ ਮੰਚ ਉੱਤੇ ਆ ਸਕਦੇ ਹੋ। ਬਿਲਕੁਲ ਜੀ, ਰੇਡੀਓ ਚੰਨ ਪਰਦੇਸੀ ਦਾ ਸਟੂਡੀਓ ਨੰਬਰ ਜਿਹੜਾ ਫਟਾਫਟ ਨੋਟ ਕਰ ਲਓ, +91 ਲਗਾ ਕੇ 7625 698 3391 ਭਾਰਤੀ ਸਟੂਡੀਓ ਦਾ ਨੰਬਰ, ਜਿਸ ਨੂੰ ਡਾਇਲ ਕਰਦੇ ਸਾਰ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆ ਜਾਓਗੇ, ਸਾਡੇ ਨਾਲ ਸਾਂਝ ਤੁਹਾਡੀ ਬਣ ਜਾਊਗੀ ਅਤੇ ਪ੍ਰੋਗਰਾਮ ਦਾ ਹਿੱਸਾ ਤੁਸੀਂ ਬਣ ਜਾਵੋਗੇ। ਸੋ ਬਿਲਕੁਲ ਜੀ, ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ, ਸਾਡੇ ਨਾਲ ਨਾਲ ਚੱਲੋ ਜੀ। ਪ੍ਰੋਗਰਾਮ ਦਾ ਕਾਫਿਲਾ ਜਿਹੜਾ ਉਸ ਦੇ ਵਿੱਚ ਸਾਡੇ ਪਰਿਵਾਰਿਕ ਮੈਂਬਰ ਰੇਡੀਓ ਦੇ ਜੋ ਹੈਗੇ ਨੇ, ਉਹਨਾਂ ਦੀ ਸਾਂਝ ਬਣਨੀ ਸ਼ੁਰੂ ਹੋ ਚੁੱਕੀ ਹੈ। ਸੋ ਬਹੁਤ ਸਾਰੇ ਸਾਡੇ ਸਰੋਤੇ ਨੇ ਜੋ ਇਸ ਵੇਲੇ ਸਾਡੇ ਨਾਲ ਇਸ ਮੰਚ 'ਤੇ ਜੁੜ ਬੈਠੇ ਨੇ। ਸੋ ਬਿਲਕੁਲ ਜੀ, ਫੇਸਬੁੱਕ 'ਤੇ ਇਸ ਪ੍ਰੋਗਰਾਮ ਨੂੰ ਲਾਈਵ ਤੁਸੀਂ ਸੁਣ ਸਕਦੇ ਹੋ। ਅਰਜ ਗਗਨਦੀਪ ਦੇ ਨਾਮ 'ਤੇ ਮੇਰਾ ਫੇਸਬੁੱਕ ਪੇਜ ਹੈ, ਜਿੱਥੇ ਇਹ ਪ੍ਰੋਗਰਾਮ ਜਿਹੜਾ ਲਾਈਵ ਜਾ ਕੇ ਤੁਸੀਂ ਸੁਣ ਸਕਦੇ ਹੋ। ਅਤੇ ਨਾਲ ਹੀ ਮੇਰੀ ਇੱਕ ਗੁਜ਼ਾਰਿਸ਼ ਤੁਹਾਨੂੰ ਸਾਰਿਆਂ ਨੂੰ, ਜੋ ਇਸ ਵੇਲੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਬੈਠੇ ਨੇ, ਕਿ ਫੇਸਬੁੱਕ ਪੇਜ ਜਿਹੜਾ ਆਪਣਾ, ਉਸ ਨੂੰ ਸ਼ੇਅਰ ਜ਼ਰੂਰ ਕਰਿਓ। ਸੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਇਹ ਪ੍ਰੋਗਰਾਮ ਜਿਹੜਾ ਹੋਰ ਵੀ ਸਾਡੇ ਪਰਿਵਾਰਾਂ ਤੱਕ ਪਹੁੰਚੂਗਾ। ਸੋ ਬਿਲਕੁਲ ਜੀ, ਚੰਗੇ ਕਾਫਿਲੇ ਜਿਹੜੇ ਹੁੰਦੇ ਨੇ, ਮੈਨੂੰ ਲੱਗਦਾ ਵੀ ਉਹਨਾਂ ਦੀ ਪਹੁੰਚ ਸਾਰੇ ਜਗ੍ਹਾ ਹੋਵੇ ਤਾਂ ਚੰਗਾ ਲੱਗਦਾ। ਸੋ ਇੰਨੀ ਕੁ ਗੁਜ਼ਾਰਿਸ਼ ਕਿ ਪ੍ਰੋਗਰਾਮ ਨੂੰ ਨਾਲ ਨਾਲ ਸ਼ੇਅਰ ਜ਼ਰੂਰ ਕਰਦੇ ਰਹੋ।
ਸੋ ਹੁਣ ਚਲਦੇ ਹਾਂ ਜੀ ਸਾਡੇ ਇਸ ਪ੍ਰੋਗਰਾਮ ਦੇ ਵੱਲ, ਜਿਸ ਦੇ ਵਿੱਚ ਇਸ ਵੇਲੇ ਮੇਰੇ ਕੋਲ ਬਹੁਤ ਸਾਰੇ ਸੁਨੇਹੇ ਪਹੁੰਚੇ ਹੋਏ ਨੇ, ਕਾਲਸ ਵੀ ਜਿਹੜੀਆਂ ਆ ਚੁੱਕੀਆਂ ਨੇ, ਅਤੇ ਅੱਜ ਆਪਾਂ ਇੱਕ ਗੱਲ ਦਾ ਖਿਆਲ ਰੱਖਾਂਗੇ ਕਿ ਸੁਨੇਹੇ ਪ੍ਰੋਗਰਾਮ 'ਚ ਨਾਲ ਨਾਲ ਸ਼ਾਮਿਲ ਕਰਦੇ ਜਾਵਾਂਗੇ, ਪਰ ਲਗਾਤਾਰ ਇਕੱਠੇ ਮੈਂ ਸੁਨੇਹੇ ਨਹੀਂ ਪੜੂੰਗੀ, ਕਿਉਂਕਿ ਫੇਸਬੁੱਕ 'ਤੇ ਵੀ ਇੱਕ ਸੁਨੇਹਾ ਜਿਹੜਾ ਸੀ ਵੇਖਿਆ, ਜਿਹਦੇ ਵਿੱਚ ਸਾਡੇ ਜਿਹੜੇ ਸਰੋਤੇ ਆ ਉਹਨਾਂ ਦੇ ਵੱਲੋਂ ਇਹੀ ਗੁਜ਼ਾਰਿਸ਼ ਸੀ ਕਿ ਸੁਨੇਹੇ ਜਿਹੜੇ ਆ ਪੜ੍ਹਨ ਦੇ ਵਿੱਚ ਬਹੁਤ ਟਾਈਮ ਲੰਘ ਜਾਂਦਾ, ਅਤੇ ਲਾਈਨ 'ਤੇ ਫਿਰ ਸਾਡੇ ਜਿਹੜੇ ਬਹੁਤ ਸਾਰੇ ਸਰੋਤੇ ਨੇ ਇੰਤਜ਼ਾਰ ਕਰਦੇ ਨੇ, ਉਹਨਾਂ ਦੇ ਲਈ ਥੋੜ੍ਹਾ ਜਿਹਾ ਔਖਾ ਸਮਾਂ ਹੁੰਦਾ, ਸੋ ਇਸ ਕਰਕੇ ਆਪਾਂ ਕਾਲਸ ਵੀ ਨਾਲ ਨਾਲ ਰੱਖਾਂਗੇ ਅਤੇ ਸੁਨੇਹੇ ਜਿਹੜੇ ਆ ਉਹ ਵੀ ਨਾਲ ਨਾਲ ਸਾਂਝੇ ਕਰਦੇ ਜਾਵਾਂਗੇ। ਅਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਲੱਗਿਆਂ ਸਾਂਝ ਪਾਉਣ ਤੁਹਾਡੇ ਸਾਰਿਆਂ ਦੇ ਨਾਲ, ਅੱਜ ਦੀਆਂ ਉਹਨਾਂ ਗੱਲਾਂ ਦੀ ਜੋ ਕਲਾ ਦੇ ਰੂਪ ਦੇ ਵਿੱਚ ਸਾਡੇ ਨਾਲ ਜੁੜਦੀਆਂ ਨੇ, ਔਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਲਾ ਜਿਹੜੀ ਹੈ ਹਮੇਸ਼ਾ ਸਾਡੇ ਕੋਲ ਹੁੰਦੀ ਹੈ। ਅਜੇ ਇੱਕ ਗੱਲ ਹੋਰ ਵੀ ਹੈ, ਕਲਾ ਜਿਹੜੀ ਹੈ ਨਾ ਅਸੀਂ ਸਾਰੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਦਾ ਆਨੰਦ ਮਾਣਦੇ ਹਾਂ, ਪਰ ਉੱਥੇ ਹੀ ਸਾਡੇ ਕਈ ਪਰਿਵਾਰਿਕ ਮੈਂਬਰ ਕਹਿ ਸਕਦੇ ਆ ਜਾਂ ਕਈ ਸਾਡੇ ਸਰੋਤੇ ਅਜਿਹੇ ਕਹਿ ਸਕਦੇ ਆ ਵੀ ਜਿਨ੍ਹਾਂ ਕੋਲ ਇੱਕ ਅਜਿਹਾ ਗੁਣ ਹੁੰਦਾ ਨਾ ਕਿ ਉਹ ਉਸ ਕਲਾ ਨੂੰ ਖਾਸ ਬਣਾ ਦਿੰਦੇ ਨੇ, ਸੋ ਸ਼ਬਦਾਂ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਉਹ ਸਿਰਜ ਲੈਂਦੇ ਨੇ, ਸੋ ਇਹੀ ਸਿਰਜਨਾਵਾਂ ਜਿਹੜੀਆਂ ਨੇ ਉਸ ਆਮ ਕਲਾ ਨੂੰ ਬਹੁਤ ਖਾਸ ਬਣਾ ਦਿੰਦੀਆਂ ਨੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਉਸੇ ਖਾਸ ਕਲਾ ਦੇ ਨਾਲ ਸਾਡੀ ਸਾਰਿਆਂ ਦੀ ਪੈਣ ਵਾਲੀ ਹੈ ਸਾਂਝ, ਅਤੇ ਨਾਲ ਹੀ ਪ੍ਰੋਗਰਾਮ ਦਾ ਜਿਹੜਾ ਲਿੰਕ ਲਾਈਵ ਹੈ ਉਹ ਮੈਂ ਬਹੁਤ ਜਲਦੀ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰ ਦੇਵਾਂਗੀ, ਅਤੇ ਫੇਸਬੁੱਕ ਦੇ ਜ਼ਰੀਏ ਵੀ ਇਸ ਵੇਲੇ ਸਾਡੇ ਨਾਲ ਬਹੁਤ ਸਾਰੇ ਸਰੋਤੇ ਜਿਨ੍ਹਾਂ ਦੀ ਸਾਂਝ ਬਣਨੀ ਸ਼ੁਰੂ ਹੋ ਗਈ, ਜਿਨ੍ਹਾਂ ਦੇ ਵਿੱਚ ਪਹਿਲਾਂ ਇੱਕ ਸੁਨੇਹਾ ਮੈਨੂੰ ਦਿਖ ਰਿਹਾ ਜੀ, ਹਮੇਸ਼ਾ ਦੀ ਤਰ੍ਹਾਂ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ, ਗੁਰਜੀਤ ਸਿੰਘ ਜੀ ਜਿਹੜੇ ਆ ਉਹਨਾਂ ਦੇ ਵੱਲੋਂ ਇਹ ਸੁਨੇਹਾ ਸਾਡੇ ਕੋਲ ਪਹੁੰਚ ਚੁੱਕਿਆ, ਸੋ ਗੁਰਜੀਤ ਜੀ ਬਹੁਤ ਬਹੁਤ ਸ਼ੁਕਰੀਆ ਫੇਸਬੁੱਕ ਦੇ ਜ਼ਰੀਏ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ। ਅਤੇ ਲਓ ਜੀ ਹੁਣ ਇਸ ਵੇਲੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਕਾਲ ਜਿਹੜੀਆਂ ਨੇ ਦੋ ਆ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਜੁੜੇ ਨੇ ਜਸਵੀਰ ਭਲੂਰੀਆ ਜੀ, ਅਤੇ ਫਿਰ ਰਾਜਪਾਲ ਕੌਰ ਜੀ ਜੋ ਮਸਤੀ ਕੀ ਪਾਠਸ਼ਾਲਾ ਚਲਾਉਂਦੇ ਨੇ ਪਟਿਆਲਾ ਦੇ ਵਿੱਚ। ਸੋ ਮਸਤੀ ਕੀ ਪਾਠਸ਼ਾਲਾ ਦੇ ਵਿੱਚ ਨੰਨੇ ਮੁੰਨੇ ਪਿਆਰੇ ਜਿਹੇ ਬੱਚੇ ਇਹਨਾਂ ਦੇ ਨਾਲ ਹੁੰਦੇ ਨੇ, ਜਿਨ੍ਹਾਂ ਦਾ ਭਵਿੱਖ ਸਵਾਰਦੇ ਨੇ, ਜਿਨ੍ਹਾਂ ਨੂੰ ਗਿਆਨ ਦੀਆਂ ਪੌੜੀਆਂ ਚੜ੍ਹਨਾ ਸਿਖਾਉਂਦੇ ਨੇ ਅਤੇ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਸਿਖਾਉਂਦੇ ਨੇ, ਸੋ ਬਹੁਤ ਸੋਹਣਾ ਉਪਰਾਲਾ ਇਹਨਾਂ ਦਾ। ਸੋ ਇਹਨਾਂ ਦੇ ਨਾਲ ਵੀ ਸਾਂਝ ਬਣਾਵਾਂਗੇ, ਪਰ ਫਿਲਹਾਲ ਕਾਲ ਦੇ ਜ਼ਰੀਏ ਸਾਡੇ ਨਾਲ ਜਸਵੀਰ ਭਲੂਰੀਆ ਜੀ ਜਿਹੜੇ ਨੇ ਸਾਂਝ ਬਣਾ ਚੁੱਕੇ ਨੇ, ਅਤੇ ਆਓ ਫਿਰ ਜਸਵੀਰ ਜੀ ਹੋਰਾਂ ਦੇ ਨਾਲ ਬਣਾਉਣੇ ਆ ਸਾਂਝ, ਅਤੇ ਦੇਖਦੇ ਹਾਂ ਅੱਜ ਸਾਡੇ ਇਸ ਸਿਲਸਿਲੇ ਦੇ ਵਿੱਚ ਕੀ ਲੈ ਕੇ ਪਹੁੰਚੇ ਨੇ, ਜੋ ਸਿਲਸਿਲਾ ਹੈਗਾ ਸਾਡੇ ਨਾਲ ਨਾਲ ਚੱਲੋ ਜੀ ਦਾ। ਅਤੇ ਫੇਸਬੁੱਕ 'ਤੇ ਪਹੁੰਚ ਗਏ ਨੇ ਇਕਬਾਲ ਕੌਰ ਮਾਨ ਜੀ, ਸਤਿ ਸ਼੍ਰੀ ਅਕਾਲ, ਅਤੇ ਬਹੁਤ ਹੀ ਸੋਹਣਾ ਦਿਲ ਪਹੁੰਚਿਆ, ਅਤੇ ਸੁਭਾਸ਼ ਗੁਰਦਾਰਾ ਜੀ ਵੀ ਪ੍ਰੋਗਰਾਮ ਦੇ ਨਾਲ ਜੁੜ ਗਏ ਨੇ, ਸਤਿ ਸ਼੍ਰੀ ਅਕਾਲ ਗਗਨਦੀਪ ਭੈਣ ਜੀ ਪਿੰਡ ਹੀਰਾਂ ਵਾਲੀ ਫਾਜ਼ਿਲਕਾ ਤੋਂ, ਸੁਭਾਸ਼ ਗੁਰਦਾਰਾ, ਬਿਮਲਾ ਗੁਰਦਾਰਾ, ਇੰਦੂ ਪਰਵਤੀ, ਹਿਮਾਂਸ਼ੂ ਗੁਰਦਾਰਾ ਸਾਡੇ ਨਾਲ ਜੁੜ ਚੁੱਕੇ ਨੇ। ਸੋ ਲਓ ਜੀ ਹੁਣ ਵਟਸਐਪ 'ਤੇ ਵੀ ਬਹੁਤ ਸਾਰੇ ਸੁਨੇਹੇ ਨੇ ਜਿਨ੍ਹਾਂ ਦੀ ਸਾਂਝ ਮੈਂ ਥੋੜ੍ਹੀ ਜਿਹੀ ਸਪੀਡ ਦੇ ਨਾਲ ਪਾਉਣ ਲੱਗੀ ਆ। ਸੋ ਮਨਮੋਹਨ ਜੀ ਨਿਊਜਰਸੀ ਤੋਂ ਪ੍ਰੋਗਰਾਮ ਨਾਲ ਜੁੜ ਗਏ ਨੇ, ਸਤਿ ਸ਼੍ਰੀ ਅਕਾਲ, ਇਹਨਾਂ ਦੇ ਵੱਲੋਂ ਪਹੁੰਚ ਗਏ। ਕੁਲਵੰਤ ਗਿੱਲ ਜੀ ਮਲੋਟ ਤੋਂ ਆ ਗਏ ਨੇ ਜੀ ਪ੍ਰੋਗਰਾਮ ਦੇ ਵਿੱਚ, ਸਤਪਾਲ ਕਿੰਗਰਾ ਜੀ ਵੀ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਨੇ, ਕਰਨੈਲ ਗਿੱਲ ਜੀ ਸਿਆਟਲ ਤੋਂ, ਅਤੇ ਨਾਲ ਹੀ ਰਾਮਜੀਤ ਖੰਗੂੜਾ ਜੀ ਵੀ ਪ੍ਰੋਗਰਾਮ ਦੇ ਵਿੱਚ ਆਪਣੀ ਸਾਂਝ ਬਣਾ ਚੁੱਕੇ ਨੇ। ਕਿਸੇ ਦੇ ਦਿਲ ਦੇ ਵਿੱਚ ਜਗ੍ਹਾ ਬਣਾ ਲੈਣੀ ਜੀਵਨ ਦੀ ਸਭ ਤੋਂ ਵੱਡੀ ਕਾਮਯਾਬੀ ਹੈ, ਕਿਉਂਕਿ ਇਹੀ ਇੱਕ ਜਗ੍ਹਾ ਹੈ ਜਿੱਥੇ ਪੈਸਿਆਂ ਦੇ ਨਾਲ ਘਰ ਨਹੀਂ ਬਣਦੇ। ਸੋ ਖੂਬਸੂਰਤ ਵਿਚਾਰ ਗਗਨ ਜੀ, ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ, ਅਤੇ ਤੁਹਾਡਾ ਵਿਚਾਰ ਬਾ ਕਮਾਲ ਹੈ। ਸੋ ਬਿਲਕੁਲ ਪੈਸੇ ਦੇ ਨਾਲ ਨਾ ਅਸੀਂ ਦੁਨਿਆਵੀ ਚੀਜ਼ਾਂ ਖਰੀਦ ਸਕਦੇ ਹਾਂ, ਸੋ ਆਤਮਿਕ ਸਕੂਨ ਦੇਣ ਵਾਲੀਆਂ ਚੀਜ਼ਾਂ ਅੱਜ ਵੀ ਸੋਹਣੇ ਦਿਲਾਂ ਦੇ ਨਾਲ, ਸੋਹਣੀਆਂ ਗੱਲਾਂ ਦੇ ਨਾਲ, ਸੋਹਣੀ ਸੋਚ ਦੇ ਨਾਲ ਮਿਲਦੀਆਂ ਨੇ, ਸੋ ਉਹਦਾ ਹੋਣਾ ਬਹੁਤ ਜ਼ਰੂਰੀ ਹੈ। ਦਰਸ਼ਨ ਸਿੰਘ ਜੀ ਪਿੰਡ ਕਿਸ਼ਨਪੁਰਾ ਦਿਖਨਾਦਾ ਹਨੂੰਮਾਨਗੜ੍ਹ ਤੋਂ ਨਾਲ ਨੇ ਜੀ, ਸਰਬਜੀਤ ਢਿੱਲੋਂ ਜੀ ਵਿਨੀਪੈਗ ਤੋਂ, ਜਗਵੰਤ ਖੇੜਾ ਜੀ ਅਮੈਰੀਕਾ ਤੋਂ, ਸੁਭਾਸ਼ ਗੁਰਦਾਰਾ ਜੀ ਦਾ ਵੀ ਸੁਨੇਹਾ ਵਟਸਐਪ 'ਤੇ ਪਹੁੰਚ ਚੁੱਕਿਆ, ਮਨਪ੍ਰੀਤ ਕੌਰ ਜੀ ਪਿੰਡ ਵਾਂਦਰ ਤੋਂ, ਇਕਬਾਲ ਜੀ ਕੈਨੇਡਾ ਤੋਂ, ਹਰਜਿੰਦਰ ਜੀ ਪਤੀ ਸੁਖੂਨ ਥਾਣਾ ਤੋਂ, ਗੁਰਮੀਤ ਮਾਨ ਜੀ ਧੂਰੀ ਤੋਂ, ਬਖਸ਼ੀ ਜੀ ਦੁਬਈ ਤੋਂ, ਗੁਰਜੀਤ ਜੀ, ਸ਼ਰਨਜੀਤ ਜੀ ਇਟਲੀ ਤੋਂ, ਹਰਮੇਲ ਜੀ ਜਿਹੜੇ ਆ
ਬਠਿੰਡਾ ਤੋਂ, ਰਵਿੰਦਰ ਕੌਰ ਜੀ ਲੁਧਿਆਣਾ ਤੋਂ, ਸੂਰਜ ਪ੍ਰਕਾਸ਼ ਜੀ ਦੀਨਾਨਗਰ ਤੋਂ, ਕ੍ਰਿਸ਼ਨ ਜੀ ਬਹਿਰੀਨ ਤੋਂ, ਕਮਲਜੀਤ ਕੌਰ ਜੀ ਇਟਲੀ ਤੋਂ, ਸੁਖਪਾਲ ਬਰਾੜ ਜੀ ਪਿੰਡ ਸ਼੍ਰੀ ਵਾਲਾ ਜੱਟਾ ਤੋਂ, ਅਤੇ ਨਾਲ ਹੀ ਸੁਖਮੰਦਰ ਜੀ ਟੋਰੰਟੋ ਕੈਨੇਡਾ ਤੋਂ, ਅਤੇ ਕਸ਼ਮੀਰ ਕੌਰ ਜੀ ਸਿਆਟਲ ਤੋਂ, ਜਗਦੀਸ਼ ਜੀ ਅੰਮ੍ਰਿਤਸਰ ਤੋਂ, ਬਿਲਕੁਲ ਨਵੇਂ ਪਰਿਵਾਰਿਕ ਮੈਂਬਰ ਜਿਨ੍ਹਾਂ ਦੀ ਅੱਜ ਸਾਂਝ ਬਣੀ ਹੈ। ਸੋ ਬਿਲਕੁਲ ਜੀ ਅੱਜ ਪ੍ਰੋਗਰਾਮ ਦੇ ਵਿੱਚ ਵੀ ਆਉਣਗੇ। ਸੋ ਕਹਿੰਦੇ ਸੀ ਕਿ ਧਮਾਕੇਦਾਰ ਐਂਟਰੀ ਗਗਨ ਜੀ ਅੱਜ ਪ੍ਰੋਗਰਾਮ 'ਚ ਕਰਾਂਗੇ। ਸੋ ਬਿਲਕੁਲ ਜਗਦੀਸ਼ ਜੀ, ਤੁਹਾਡੀ ਧਮਾਕੇਦਾਰ ਐਂਟਰੀ ਦਾ ਸਾਨੂੰ ਇੰਤਜ਼ਾਰ, ਬਹੁਤ ਜਲਦ ਪਾਵਾਂਗੇ ਤੁਹਾਡੇ ਨਾਲ ਸਾਂਝ। ਪਰਮਵੀਰ ਸਿੰਘ ਜੀ ਨਿਊਯਾਰਕ ਤੋਂ ਪ੍ਰੋਗਰਾਮ ਦੇ ਨਾਲ, ਭੀਮ ਸੈਨ ਜੀ ਰਾਜਰਾਣੀ, ਨਨੀ ਮਨੀ ਪਿਆਰੀ ਕਾਟੋ ਅਤੇ ਅਨਿਕੇਤ ਵੀ ਪ੍ਰੋਗਰਾਮ 'ਚ ਸਾਡੇ ਨਾਲ। ਪ੍ਰੇਮ ਜੀ ਆਸਟ੍ਰੇਲੀਆ ਤੋਂ ਜੁੜ ਚੁੱਕੇ ਨੇ, ਸਿਕੰਦਰ ਸਿੰਘ ਔਜਲਾ ਜੀ ਅਮੈਰੀਕਾ ਤੋਂ, ਕੈਪਟਨ ਬਲਜਿੰਦਰ ਜੀ ਪ੍ਰਿੰਸੀਪਲ ਸਾਹਿਬ ਲੁਧਿਆਣਾ ਤੋਂ, ਪਿਰਥੀ ਜੀ ਸ਼ੇਰਨ ਤੋਂ, ਜਰਨੈਲ ਜੀ ਦੁਬਈ ਤੋਂ, ਨਰਿੰਦਰ ਕੁਮਾਰ ਬਸੀ ਜੀ ਬਠਿੰਡਾ ਤੋਂ, ਜਸਵੰਤ ਸਿੰਘ ਮਾਹੀ ਜੀ ਵਨੀਪੈਕ ਤੋਂ, ਵਿਸ਼ਾਲ ਕੁਮਾਰ ਜੀ ਇਟਲੀ ਤੋਂ, ਬਲਵੀਰ ਬੱਬੀ ਜੀ ਮਾਛੀਵਾੜਾ ਤੋਂ, ਇੰਦਰਜੀਤ ਜੀ ਥਾਈਲੈਂਡ ਤੋਂ, ਅਤੇ ਨਾਲ ਹੀ ਬਲਵੰਤ ਜੀ ਸਿਰੀਏਵਾਲਾ ਤੋਂ, ਜਗਜੀਤ ਮੱਟੂ ਜੀ ਜਿਹੜੇ ਆ ਮੌੜ ਖੁਰਦ ਤੋਂ ਪ੍ਰੋਗਰਾਮ ਦੇ ਨਾਲ, ਦਲਜੀਤ ਸਿੰਘ ਅਰੋੜਾ ਜੀ ਵੀ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਨੇ, ਦਵਿੰਦਰ ਕੌਰ ਧਾਲੀਵਾਲ ਜੀ ਅਮੈਰੀਕਾ ਤੋਂ, ਅਤੇ ਜਗਰਾਜ ਸਿੰਘ ਕਣਕਵਾਲੀਆ ਜੀ ਵੀ ਇਸ ਵੇਲੇ ਪ੍ਰੋਗਰਾਮ ਦੇ ਨਾਲ, ਸੁਨੀਤਾ ਜੀ ਨਵਾਂ ਸ਼ਹਿਰ ਤੋਂ, ਖੁਸ਼ਹਾਲ ਜੀ ਵੀ ਨਵਾਂ ਸ਼ਹਿਰ ਤੋਂ, ਰਮੇਸ਼ ਭੁੱਗਲ ਆਨੰਦ ਜੀ ਵੀ ਸਾਡੇ ਨਾਲ, ਅਤੇ ਮੱਖਣ ਜੀ ਚੰਡੀਗੜ੍ਹ ਤੋਂ। ਸੋ ਹਜੇ ਬਹੁਤ ਸਾਰੇ ਸੁਨੇਹੇ ਨੇ ਜਿੰਨੇ ਮੈਂ ਪੜ੍ਹ ਚੁੱਕੀ, ਉਹਨੇ ਫਿਰ ਆ ਗਏ ਨੇ, ਇਹਨਾਂ ਦੀ ਸਾਂਝ ਨਾਲ ਨਾਲ ਪ੍ਰੋਗਰਾਮ 'ਚ ਪੈਂਦੀ ਰਹੂਗੀ। ਫਿਲਹਾਲ ਚੱਲੀਏ ਆਪਾਂ ਕਾਲ ਦੇ ਵੱਲ। ਸੋ ਇਸ ਵੇਲੇ ਜਸਵੀਰ ਭਲੂਰੀਆ ਜੀ ਸਾਡੇ ਨਾਲ ਨੇ, ਵੇਖਦੇ ਹਾਂ ਜੀ ਜਸਵੀਰ ਭਲੂਰੀਆ ਜੀ ਕੀ ਲੈ ਕੇ ਪਹੁੰਚੇ ਨੇ ਅੱਜ, ਅਤੇ ਕਿਹੜਾ ਕਲਾ ਦਾ ਰੰਗ ਹੈ ਅੱਜ ਉਹਨਾਂ ਕੋਲ ਸਮੇਟ ਕੇ, ਸਹੇਜ ਕੇ, ਸਾਂਭ ਕੇ ਰੱਖਿਆ ਹੋਇਆ, ਜਿਸ ਨੂੰ ਇਸ ਮੰਚ 'ਤੇ ਲੈ ਕੇ ਆਏ ਨੇ। ਚੱਲਦੇ ਆ ਫਿਰ। ਜਸਵੀਰ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ। ਗਗਨਪ੍ਰੀਤ ਜੀ ਤੁਹਾਨੂੰ ਤੇ ਦਰਸ਼ਨ ਸਿੰਘ ਬਸਰਾਵਾਂ ਜੀ ਸਮੇਤ ਸਾਰੀ ਟੀਮ ਤੇ ਚੰਨ ਪਰਦੇਸੀ ਰੇਡੀਓ ਦੇ ਸਾਰੇ ਪਰਿਵਾਰ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਤੁਹਾਨੂੰ ਵੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਨਾਲ ਜਸਵੀਰ ਜੀ ਸਵਾਗਤ ਅੱਜ ਦੇ ਇਸ ਪ੍ਰੋਗਰਾਮ 'ਚ। ਤੇ ਤੁਹਾਡਾ ਵੀ ਭੈਣ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਅੱਜ ਪਹਿਲੇ ਟਾਈਮ ਦਿੱਤਾ, ਬਹੁਤ ਮਿਹਰਬਾਨੀ ਜੀ, ਕਿਉਂਕਿ ਕਾਫੀ ਦਿਨ ਹੋ ਗਏ ਤੁਹਾਡੀ ਕਾਲ ਜਿਹੜੀ ਹੈ ਲਗਾਤਾਰ ਆ ਰਹੀ ਸੀ ਪਰ ਕਾਲ ਕਨੈਕਟ ਨਹੀਂ ਹੋ ਰਹੀ ਸੀ। ਸੋ ਬਿਲਕੁਲ ਅੱਜ ਵਾਕਈ ਤੁਸੀਂ ਪਹਿਲੇ ਕਾਲਰ ਬਣਨ ਦੇ ਹੱਕਦਾਰ ਹੋ। ਤੇ ਤੁਸੀਂ ਕਿਵੇਂ ਜੱਜ ਕਰ ਲਿਆ ਵੀ ਮੈਂ ਅੱਜ ਦੇ ਪ੍ਰੋਗਰਾਮ ਵਾਸਤੇ ਰਚਨਾ ਸਾਂਭ ਕੇ ਰੱਖੀ ਹੋਈ ਹੈ? ਕਿਉਂਕਿ ਜਿਸ ਹਿਸਾਬ ਨਾਲ ਤਿੰਨ ਦਿਨਾਂ ਤੋਂ ਤੁਹਾਡੀਆਂ ਕਾਲਸ ਆ ਰਹੀਆਂ ਸੀ, ਮੈਨੂੰ ਲੱਗ ਰਿਹਾ ਸੀ ਵੀ ਕੋਈ ਖਾਸ ਖਜ਼ਾਨਾ ਹੈ ਜਿਹੜਾ ਸਾਨੂੰ ਸੁਣਾਉਣਾ ਚਾਹੁੰਦੇ ਹੋ। ਨਹੀਂ, ਤਿੰਨ ਦਿਨਾਂ ਤੋਂ ਜੀ, ਇੱਕ ਹਫ਼ਤੇ ਤੋਂ, ਹਾਂ ਵਾਕਈ 13 ਤਰੀਕ ਤੋਂ ਸਾਂਭ ਕੇ ਰੱਖੀ ਹੋਈ ਹੈ ਮੈਂ ਰਚਨਾ। ਚਲੋ ਫਿਰ ਅੱਜ ਆਪਾਂ ਜ਼ਰੂਰ ਸੁਣਨੀ ਹੈ। ਹਾਂਜੀ, ਤੇ ਤੁਸੀਂ ਪਹਿਲਾ ਮੌਕਾ ਦਿੱਤਾ ਤੇ ਮੈਂ ਧਾਰਮਿਕ ਰਚਨਾ ਨਾਲ ਹੀ ਸ਼ੁਰੂ ਕਰਾਂਗਾ। ਜ਼ਰੂਰ ਆ ਜਾਓ ਫਿਰ। ਹਾਂਜੀ, ਇਹ ਰਚਨਾ ਮੈਂ ਵਿਸਾਖੀ ਤੇ ਸੁਣਾਉਣੀ ਸੀ 13 ਅਪ੍ਰੈਲ ਨੂੰ, ਉਸ ਦਿਨ ਟਾਈਮ ਨੀ ਮਿਲਿਆ, ਤੇ ਅੱਜ ਮੌਕਾ ਵੀ ਤੇ ਦਸਤੂਰ ਵੀ ਆ। ਮੌਕਾ ਇਸ ਕਰਕੇ ਆ ਕਿ ਤੁਸੀਂ ਪਹਿਲਾ ਟਾਈਮ ਤੇ ਸਾਡੇ ਨਾਲ ਸਰੀ ਦੇ ਵਿੱਚ ਇੱਥੇ ਅੱਜ ਮਹਾਨ ਨਗਰ ਕੀਰਤਨ ਨਿਕਲ ਰਿਹਾ ਜੀ ਵਿਸਾਖੀ ਦੇ ਸੰਬੰਧ ਚ ਜੀ, ਤੇ ਪੂਰੇ ਕੈਨੇਡਾ ਅਮਰੀਕਾ ਤੇ ਹੋਰ ਵੀ ਕਈ ਮੁਲਕਾਂ ਤੋਂ ਸੰਗਤ ਇੱਥੇ ਪਹੁੰਚਦੀ ਹੈ ਜੀ। ਬਹੁਤ ਹਾਂਜੀ ਹਾਂਜੀ ਲਾਜਵਾਬ ਹੁੰਦਾ, ਸੰਗਤਾਂ ਬੜੇ ਉਤਸ਼ਾਹ ਨਾਲ ਇੱਥੇ ਹਿੱਸਾ ਲੈਂਦੀਆਂ ਤੇ ਗੁਰੂ ਜਸ ਗਾਉਂਦੀਆਂ ਤੇ ਰਾਗੀ ਢਾਡੀ ਆਪਣੇ ਹਾਂਜੀ ਸੰਗਤਾਂ ਨੂੰ ਸਰਸਾਰ ਕਰਦੇ ਆ ਗੁਰਬਾਣੀ ਨਾਲ, ਆਪਣੀਆਂ ਕਵੀਸ਼ਰੀ ਨਾਲ ਜੀ। ਤੇ ਚਲੋ ਹਾਂਜੀ, ਬਹੁਤਾ ਟਾਈਮ ਨਹੀਂ ਲੈਂਦੇ, ਵੈਸੇ ਤਾਂ ਮੇਰਾ ਬਕਾਇਆ ਰਹਿੰਦਾ ਤੁਹਾਡੇ ਵੱਲ ਇੱਕ ਹਫ਼ਤੇ ਦਾ, ਲੇਟ ਟਾਈਮ ਲੇਟ ਬਹੁਤ ਦਿੱਤਾ ਜੀ। ਚਲੋ ਕੋਈ ਗੱਲ ਨਹੀਂ ਜਸਵੀਰ ਜੀ। ਹਾਂਜੀ, ਤੇ ਇੱਕ ਧਾਰਮਿਕ ਗੀਤ ਆ ਜੀ ਵਿਸਾਖੀ ਦੇ ਸੰਬੰਧ ਦੇ ਵਿੱਚ ਹੀ, ਮੈਂ ਕੋਸ਼ਿਸ਼ ਕਰਦਾ ਤਰਨਮ ਦੇ ਵਿੱਚ ਕਹਿਣ ਦੀ। ਸਿੱਖੀ ਦੇ ਸਕੂਲ ਵਿੱਚ ਲੈ ਲਓ ਦਾਖਲਾ, ਦਸਤਾਰ ਬੰਨ ਕੇ ਆ ਜਾਓ, ਸਿੱਖੀ ਦੇ ਸਕੂਲ ਵਿੱਚ ਲੈ ਲਓ ਦਾਖਲਾ, ਦਸਤਾਰ ਬੰਨ ਕੇ
ਦਸਵੇਂ ਗੁਰਾਂ ਨੂੰ ਸਿੱਧੀ ਸੱਚਖੰਡ ਚੋਂ ਆਵਾਜ਼ ਆਈ ਸੀ, ਅਨੰਦਪੁਰ ਵਿੱਚ ਖੋਲ ਦਿਓ ਅਕੈਡਮੀ ਸਿੱਖੀ ਦੀ ਪੜ੍ਹਾਈ ਦੀ। ਵੱਖਰਾ ਸਜਾਇਆ ਗੁਰਾਂ ਪੰਥ ਖਾਲਸਾ, ਕੰਡੇ ਧਾਰ ਮੰਨ ਕੇ ਸਿੱਖੀ ਦੇ ਸਕੂਲ ਵਿੱਚ ਲੈ ਲਓ ਦਾਖਲਾ, ਦਸਤਾਰ ਬੰਨ ਕੇ। ਸਿੱਖੀ ਦੇ ਸਕੂਲ ਵਿੱਚ ਲੈ ਲਓ ਦਾਖਲਾ, ਦਸਤਾਰ ਬੰਨ ਕੇ। ਪੰਜ ਹੈ ਕਕਾਰ ਅਤੇ ਬਾਣਾ ਸ਼ੇਰ ਦਾ, ਖਾਲਸੇ ਦੀ ਵਰ ਦੀ। ਪੰਜ ਹੈ ਕਕਾਰ ਅਤੇ ਬਾਣਾ ਸ਼ੇਰ ਦਾ, ਖਾਲਸੇ ਦੀ ਵਰ ਦੀ। ਨੇਮ ਨਾਲ ਨਿਤ ਨੇਮ ਕਰ ਨਾ, ਮਰਿਆਦਾ ਦੱਸੀ ਗੁਰੂ ਘਰ ਦੀ। ਕਰੇਗੀ ਸਲਾਮਾ ਕਹਿੰਦੇ ਸਾਰੀ ਦੁਨੀਆ, ਸਰਦਾਰ ਮੰਨ ਕੇ। ਸਿੱਖੀ ਦੇ ਸਕੂਲ ਵਿੱਚ ਲੈ ਲਓ ਦਾਖਲਾ, ਦਸਤਾਰ ਬੰਨ ਕੇ। ਸਿੱਖੀ ਦੇ ਸਕੂਲ ਵਿੱਚ ਲੈ ਲਓ ਦਾਖਲਾ, ਦਸਤਾਰ ਬੰਨ ਕੇ। ਪਹਿਲਾ ਹੈ ਸਬਕ ਕਿਸ ਤੋਂ ਨੀ ਡਰਨਾ, ਕਿਸੇ ਨੂੰ ਡਰਾਉਣਾ ਨਾ। ਪਹਿਲਾ ਹੈ ਸਬਕ ਕਿਸ ਤੋਂ ਨੀ ਡਰਨਾ, ਕਿਸੇ ਨੂੰ ਡਰਾਉਣਾ ਨਾ। ਕੋਈ ਵੀ ਕਰਮ ਕਾਂਡ ਨਹੀਂ ਕਰਨਾ, ਕਿਸੇ ਤੋਂ ਕਰਾਉਣਾ ਨਾ। ਹਰ ਵੇਲੇ ਰਹਿਣਾ ਸਦਾ ਆਪਣਾ, ਹਰ ਵੇਲੇ ਰਹਿਣਾ ਸਦਾ ਰੱਖ ਆਪਣਾ, ਕਰਤਾਰ ਮੰਨ ਕੇ। ਸਿੱਖੀ ਦੇ ਸਕੂਲ ਵਿੱਚ ਲੈ ਲਓ ਦਾਖਲਾ, ਦਸਤਾਰ ਬੰਨ ਕੇ। ਆ ਜਾਓ ਸਿੱਖੀ ਦੇ ਸਕੂਲ ਵਿੱਚ ਲੈ ਲਓ ਦਾਖਲਾ, ਦਸਤਾਰ ਬੰਨ ਕੇ। ਸਦਾ ਮਜ਼ਲੂਮ ਦੀ ਹੈ ਰਾਖੀ ਕਰਨੀ, ਸਿੱਖ ਸੀਸ ਤਲੀ ਤਾਰੇ ਕੀ। ਸਦਾ ਮਜ਼ਲੂਮ ਦੀ ਹੈ ਰਾਖੀ ਕਰਨੀ, ਸਿਰ ਤਲੀ ਤਾਰੇ ਕੀ। ਭੁੱਲ ਕੇ ਵੀ ਖੁਦਕਸ਼ੀ ਨਹੀਂ ਕਰਨੀ, ਭੱਜਣਾ ਨੀ ਡਰ ਕੀ। ਭੁੱਲ ਕੇ ਵੀ ਖੁਦਕਸ਼ੀ ਨਹੀਂ ਕਰਨੀ, ਭੱਜਣਾ ਨੀ ਡਰ ਕੀ। ਰੜਕ ਅਤੇ ਮੜਕ ਨਾਲ ਜਿਉਣਾ ਜੱਗ ਤੇ, ਪਹਿਰੇਦਾਰ ਮੰਨ ਕੇ। ਸਿੱਖੀ ਦੇ ਸਕੂਲ ਵਿੱਚ ਲੈ ਲਓ ਦਾਖਲਾ, ਦਸਤਾਰ ਬੰਨ ਕੇ। ਆ ਜਾਓ ਸਿੱਖੀ ਦੇ ਸਕੂਲ ਵਿੱਚ ਲੈ ਲਓ ਦਾਖਲਾ, ਦਸਤਾਰ ਬੰਨ ਕੇ। ਖੁਦ ਨੂੰ ਤੇ ਲੋਕਾਂ ਨੂੰ ਬਚਾਉਣਾ ਲੁੱਟ ਤੋਂ, ਕੋਈ ਨਜ਼ਰ ਆਵੇ ਨਾ। ਖੁਦ ਨੂੰ ਤੇ ਲੋਕਾਂ ਨੂੰ ਬਚਾਵੇ ਲੁੱਟ ਤੋਂ, ਕੋਈ ਨਜ਼ਰ ਆਵੇ ਨਾ। ਇਹੋ ਜਿਹਾ ਸਕੂਲ ਵਿੱਚ ਸਾਰੇ ਜੱਗ ਦੇ ਲੱਭਿਆ ਤੇ ਆਵੇ ਨਾ। ਇਹੋ ਜਿਹਾ ਸਕੂਲ ਵਿੱਚ ਸਾਰੇ ਜੱਗ ਦੇ ਲੱਭਿਆ ਤੇ ਆਵੇ ਨਾ। ਲੱਭ ਲੱਭ ਥੱਕ ਗਿਆ ਭਲੂਰੀਆ, ਬਹਿ ਗਿਆ ਹਾਰ ਮੰਨ ਕੇ। ਸਿੱਖੀ ਦੇ ਸਕੂਲ ਵਿੱਚ ਲੈ ਲਓ ਦਾਖਲਾ, ਦਸਤਾਰ ਬੰਨ ਕੇ। ਆਜੋ ਸਿੱਖੀ ਦੇ ਸਕੂਲ ਵਿੱਚ ਲੈ ਲਓ ਦਾਖਲਾ, ਦਸਤਾਰ ਬੰਨ ਕੇ। ਵਾਹ, ਸਤਿ ਸ਼੍ਰੀ ਅਕਾਲ ਕਿਆ ਭੈਣ ਬਾਤ ਜੀ। ਹੈ, ਕਿਆ ਬਾਤ ਹੈ ਜਸਵੀਰ ਜੀ। ਬਹੁਤ ਹੀ ਸੋਹਣੇ ਗੀਤ ਦੇ ਨਾਲ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ, ਸੋ ਪ੍ਰੋਗਰਾਮ ਦੀ ਸੋਹਣੀ ਸ਼ੁਰੂਆਤ ਹੋ ਗਈ ਹੈ। ਇਹ ਸੁਨੇਹਾ ਪਹੁੰਚ ਗਿਆ ਜੀ ਫੇਸਬੁੱਕ ਦੇ ਜ਼ਰੀਏ, ਸੋਹਣੀ ਸ਼ੁਰੂਆਤ ਹੋ ਗਈ ਹੈ ਗਗਨ ਜੀ ਗੁਰਮੀਤ ਕੌਰ ਜੀ ਵੱਲੋਂ, ਸੋ ਬਹੁਤ ਬਹੁਤ ਸ਼ੁਕਰੀਆ। ਵਿਸ਼ਾਲ ਕੁਮਾਰ ਜੀ ਬਹੁਤ ਸਾਰੇ ਥੰਬਸ ਅਪ ਤੁਹਾਡੇ ਵਾਸਤੇ ਭੇਜ ਰਹੇ ਨੇ, ਸੋ ਜਸਵੀਰ ਜੀ ਸ਼ੁਕਰੀਆ। ਅਤੇ ਬਾਕੀ ਜਿਹੜਾ ਖਜ਼ਾਨਾ ਵੀ ਸਾਰੇ ਤੁਹਾਡੇ ਕੋਲ ਰਹਿ ਸਰੋਤਿਆਂ ਦਾ ਗਿਆ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਜੀ, ਪਸੰਦ ਕਰਨ ਵਾਲੇ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਤੁਹਾਡਾ ਤੇ ਜੀ ਚੰਨ ਪ੍ਰਦੇਸੀ ਰੇਡੀਓ ਦੀ ਸਾਰੀ ਟੀਮ ਦਾ ਹੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਵਾਸਤੇ ਕਿਆ ਭੈਣ, ਬਾਤ ਬਹੁਤ ਜੀ ਮਿਹਰਬਾਨੀ ਜੀ। ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨਾਲ ਜੁੜਨ ਦੇ ਲਈ। ਲਓ ਜੀ, ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਰਾਜ ਕਮਲ ਜੀ ਪਟਿਆਲਾ ਤੋਂ, ਜੋ ਮਸਤੀ ਕੀ ਪਾਠਸ਼ਾਲਾ ਜਿਹੜੀ ਆ ਉਹ ਚਲਾਉਂਦੇ ਨੇ। ਸੋ ਬਿਲਕੁਲ ਜੀ, ਨੰਨੇ ਮੁੰਨੇ ਬੱਚੇ ਜਿਹੜੇ ਆ ਉਹਨਾਂ ਦੇ ਭਵਿੱਖ ਨੂੰ ਬਣਾਉਂਦੇ ਨੇ, ਉਹਨਾਂ ਨੂੰ ਜੀਵਨ ਦੇ ਵਿੱਚ ਚੰਗੀਆਂ ਡਗਰਾਂ ਤੇ ਕਿਵੇਂ ਤੁਰਨਾ ਉਹ ਸਿਖਾਉਂਦੇ ਨੇ, ਲੜ ਖੜਾਉਂਦੇ ਹੋਏ ਪੈਰਾਂ ਨੂੰ ਮਜ਼ਬੂਤ ਬਣਾਉਂਦੇ ਨੇ। ਸੋ ਫਿਲਹਾਲ ਅੱਜ ਸਾਡੇ ਨਾਲ ਇਹ ਵੇਖਦੇ ਆ ਕਲਾ ਦਾ ਕਿਹੜਾ ਰੰਗ ਹੈ ਔਰ ਕੀ ਸਾਨੂੰ ਅੱਜ ਸੁਣਾਉਣਗੇ। ਸੋ ਪਾਉਂਦੇ ਆ ਸਾਂਝ ਰਾਜ ਕਮਲ ਮਸਤ ਜੀ ਹੋਰਾਂ ਦੇ ਨਾਲ। ਸੋ ਰਾਜ ਕਮਲ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ ਜੀ। ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ,
ਜੀ ਅੱਛਾ, ਇਸ ਸਤਿ ਤੋਂ ਸ਼੍ਰੀ ਪਹਿਲੇ ਕਿ ਅਕਾਲ। ਮੈਂ ਬੋਲਾਂ, ਤੁਹਾਡੀ ਆਵਾਜ਼ ਉਹਨਾਂ ਦੀ ਬਿਲਕੁਲ ਹੀ ਸਾਊਂਡ ਚਲੀ ਗਈ ਸੀ, ਮੈਂ ਤਾਂ ਬਿਲਕੁਲ ਬੋਲੀ ਨਹੀਂ ਬਿਲਕੁਲ ਵਿੱਚੋਂ। ਬਿਲਕੁਲ ਤੁਹਾਡੇ ਕੋਲ ਇਸ ਲਈ ਸਾਊਂਡ ਚਲੀ ਗਈ ਕਿਉਂਕਿ ਜਿਹੜਾ ਹੈਗਾ ਤੁਹਾਡੇ ਕੋਲ ਰੇਡੀਓ ਤੇ ਮੇਰੀ ਆਵਾਜ਼ ਆਉਣੀ ਹੈ ਓਕੇ ਜੀ, ਕਿਉਂਕਿ ਮੇਰੇ ਕੋਲ ਓਕੇ ਦੂਜੀ ਲਾਈਨ ਓਕੇ ਕਨੈਕਟ ਸੀ, ਇਸ ਕਰਕੇ ਤੁਹਾਡੇ ਕੋਲ ਓਕੇ ਆਵਾਜ਼ ਨਹੀਂ ਓਕੇ ਆ ਰਹੀ ਸੀ। ਅੱਛਾ ਅੱਛਾ ਮੈਂ ਅਜੇ ਨਵੀਂ ਨਵੀਂ ਹਾਂ, ਮੈਨੂੰ ਪਤਾ ਨਹੀਂ ਲੱਗਦਾ ਫਿਰ। ਹਾਂ ਕੋਈ ਗੱਲ ਨਹੀਂ ਰਾਜਕਮਲ ਜੀ, ਹੌਲੀ ਹੌਲੀ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਜੀ। ਇਸ ਤੋਂ ਪਹਿਲੇ ਕਿ ਮੈਂ ਕੋਈ ਸੁਣਾਵਾਂ, ਮੈਂ ਤਾਂ ਤੁਹਾਨੂੰ ਸੁਣਦੀ ਨਹੀਂ ਰੱਜਦੀ ਪਈ, ਮੈਂ ਕੀ ਕਰਾਂ ਦੱਸੋ। ਓਏ ਹੋਏ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ। ਤੁਹਾਨੂੰ ਤੁਸੀਂ ਪਰ ਅੱਜ ਦੇ ਹਾਂ ਅਸੀਂ ਸੁਣਨਾ ਹੁਣ ਤੁਹਾਨੂੰ ਨਹੀਂ ਸੁਣਾਉਣ ਵਾਸਤੇ, ਦੇਖੋ ਨਾ ਹਾਸ ਰਸ ਵੀ ਹੈ, ਸੈਰ ਸੌਂਗ ਨੇ, ਖੁਸ਼ੀ ਦੇ ਨੇ, ਜਾਂ ਮੈਨੂੰ ਨਹੀਂ ਸਮਝ ਆ ਰਹੀ ਕਿਹੋ ਜਿਹਾ ਸੁਣਾਵਾਂ ਤੁਹਾਨੂੰ। ਹਾਸ ਰਸ ਦਾ ਸੁਣਾ ਦਿਆਂ? ਸੁਣਾ ਦਿਓ, ਆ ਜਾਓ ਫਿਰ, ਕਿਉਂਕਿ ਹਾਸ ਰਸ ਦੀ ਤਾਂ ਬਹੁਤ ਜ਼ਰੂਰਤ ਹੈ ਅੱਜ ਕੱਲ੍ਹ। ਹਰ ਚਿਹਰੇ ਦੇ ਉੱਤੇ ਨਾ ਇੱਕ ਸ਼ਿਕਨ ਰਹਿੰਦੀ ਹੈ, ਚਾਹੇ ਉਹ ਪਰੇਸ਼ਾਨੀ ਦੀ ਹੋਵੇ, ਚਾਹੇ ਟੈਨਸ਼ਨ ਦੀ ਹੋਵੇ, ਚਾਹੇ ਘਰ ਦੇ ਝੰਝਟਾਂ 'ਚ ਮੇਲਿਆਂ ਦੀ ਹੋਵੇ, ਚਾਹੇ ਦਫ਼ਤਰਾਂ ਦੀਆਂ ਨੌਕਰੀਆਂ ਦੀਆਂ ਸਮੱਸਿਆਵਾਂ ਹੋਣ। ਸੋ ਇਹ ਸਾਡੇ ਮੱਥੇ ਦੇ ਸ਼ਿਕਨ ਪਾ ਕੇ ਰੱਖਦੀਆਂ ਨੇ, ਤੇ ਸ਼ਿਕਨਾਂ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਜ਼ਰੀਆ ਹੁੰਦਾ ਹਾਸੇ, ਤੇ ਜੇ ਉਹ ਆਉਂਦੇ ਹੋਣ ਕਿਤੋਂ ਸਮੇਟ ਲੈਣੇ ਚਾਹੀਦੇ। ਲਿਆਓ ਫਿਰ, ਆ ਜਾਓ। ਹਾਂਜੀ ਸ਼ੁਰੂ ਕਰਾਂ ਜੀ? ਬਿਲਕੁਲ। ਹਾਂਜੀ ਸਾਰੇ ਸ਼ਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਮੈਂ ਦੇਖ ਲਓ ਜਿਹੋ ਜਿਹਾ ਵੀ ਆਉਂਦਾ ਮੈਂ ਸੁਣਾ ਰਹੀ ਹਾਂ, ਆਈ ਡੋਂਟ ਨੋ ਕਿਸੇ ਨੂੰ ਅੱਛਾ ਲੱਗੂ ਨਾ, ਇਹ ਤੁਹਾਡੀ ਮਰਜ਼ੀ। ਹਾਂਜੀ ਸ਼ੁਰੂ ਕੀਤਾ ਹੈ। ਕਹਿੰਦੇ ਨੇ ਆ ਲੈ ਕੁੰਜੀਆਂ, ਆ ਲੈ ਕੁੰਜੀਆਂ ਤੇ ਰੱਖ ਲੈ ਸਰਾਣੇ, ਮੈਂ ਤਾਂ ਚੱਲੀ ਪੇਕਿਆਂ ਨੂੰ ਆ ਲੈ ਕੁੰਜੀਆਂ। ਤੇ ਜਵਾਬ ਦਿੰਦਾ ਅੱਗੋਂ, ਪਹਿਲਾਂ ਚੱਲ ਕੇ ਬਿਆਨ ਦੇ ਦੇ ਥਾਣੇ ਨੀ, ਫੇਰ ਜਾਈ ਪੇਕਿਆਂ ਨੂੰ। ਇਹ ਜਵਾਬ ਸਵਾਲ ਨੇ ਜੀ। ਵਾਹ। ਤੇ ਕਹਿੰਦੀ ਆਪੇ ਉੱਠੇ ਆਟਾ ਗੁੰਨ ਆਪੇ ਹੀ ਪਕਾਏਗਾ, ਆਪੇ ਉੱਠੇ ਆਟਾ ਗੁੰਨ ਆਪੇ ਹੀ ਪਕਾਏਗਾ, ਆਪੇ ਹੀ ਪਕਾਏਗਾ ਤੇ ਕੱਲਾ ਬਹਿ ਕੇ ਖਾਏਗਾ, ਤੇਰੇ ਘਰ ਮੁੱਕੇ ਰਹਿਣ ਦਾਣੇ, ਮੈਂ ਤਾਂ ਚੱਲੀ ਪੇਕਿਆਂ ਨੂੰ ਆਲੇ ਕੁੰਜੀਆਂ, ਆਲੇ ਕੁੰਜੀਆਂ ਤੇ ਰੱਖ ਲੈ ਸਰਾਣੇ, ਮੈਂ ਤਾਂ ਚੱਲੀ ਪੇਕਿਆਂ ਨੂੰ। ਤੇ ਅੱਗੋਂ ਜਵਾਬ ਦਿੰਦਾ ਅੱਗੇ ਕਿਹੜੇ ਪੱਕੇ ਮੈਂ ਪਰੌਂਠੇ ਤੇਰੇ ਖਾਂਦਾ ਸੀ, ਅੱਗੇ ਕਿਹੜੇ ਪੱਕੇ ਮੈਂ ਪਰੌਂਠੇ ਤੇਰੇ ਖਾਂਦਾ ਸੀ, 12 ਵਜੇ ਸੁੱਤੀ ਪਈ ਨੂੰ ਬੈਡ ਟੀਪੀ ਲਾਂਦਾ ਸੀ, 12 ਵਜੇ ਸੁੱਤੀ ਪਈ ਨੂੰ ਬੈਡ ਟੀਪੀ ਲਾਂਦਾ ਸੀ, ਨੀ ਮੇਰੇ ਘਰ ਮੌਜਾਂ ਪਈ ਮਾਣੇ ਨੀ ਚਲੀ ਜਾਈ ਪੇਕਿਆਂ ਨੂੰ, ਪਹਿਲਾਂ ਟੋਡੂ ਮੋਡੂ ਵੰਡ ਲੈਨੇ ਆਣੇ ਨੀ ਫੇਰ ਜਾਈ ਪੇਕਿਆਂ ਨੂੰ। ਤੇ ਲਾਸਟ ਵਿੱਚ ਕਹਿੰਦੀ ਲਈਆਂ ਕੁੰਜੀਆਂ, ਲਈਆਂ ਕੁੰਜੀਆਂ ਤੇ ਰੱਖੀਆਂ ਸਰਾਣੇ, ਹੁਣ ਨੀ ਜਾਣਾ ਪੇਕਿਆਂ ਨੂੰ। ਹਾਂਜੀ ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਹੀ ਸੋਹਣੀ ਤੁਹਾਡੀ ਆਵਾਜ਼ ਤੇ ਗੀਤ, ਮੈਂ ਕਹਿੰਦੀ ਹਾਂ ਵੀ ਅੱਜ ਸਾਰਿਆਂ ਦੇ ਦਿਲ ਲੁੱਟ ਕੇ ਲੈ ਗਿਆ। ਮੇਰੇ ਕੋਲ ਫੇਸਬੁੱਕ ਦੇ ਜ਼ਰੀਏ ਸੁਨੇਹੇ ਪਹੁੰਚ ਰਹੇ ਨੇ, ਸੋ ਗੁਰਵਿੰਦਰ ਨਿੱਜਰ ਜੀ ਕਹਿ ਰਹੇ ਆ ਮੈਂ ਵੀ ਗਈ ਹੋਈ ਹਾਂ 2 ਸਾਲ ਤੋਂ।
ਸੋ ਸਹੀ ਕਿਹਾ ਜੀ, ਤੇ ਨਾਲ ਨਾਲ ਮਨਪ੍ਰੀਤ ਜੀ ਵੋਲਵਰ ਹੈਮਟਨ ਦੇ ਕਰ ਰਹੇ ਹੋ, ਬਹੁਤ ਹੀ ਪਿਆਰੀ ਆਵਾਜ਼ ਹੈ ਗਗਨ ਜੀ, ਕਹਿੰਦੇ ਰੂਹ ਨੂੰ ਸਕੂਨ ਆ ਗਿਆ, ਜੇ ਹੋ ਸਕੇ ਤਾਂ ਚੰਦ ਬੋਲ ਇਹਨਾਂ ਦੇ ਅਸੀਂ ਹੋਰ ਸੁਣਨੇ ਚਾਹਾਂਗੇ। ਸੋ ਵਟਸਐਪ ਦੇ ਜ਼ਰੀਏ ਇਹਨਾਂ ਦਾ ਸੁਨੇਹਾ, ਤੇ ਪ੍ਰੀਤਿੰਦਰ ਜੀ ਵੀ ਕਹਿ ਰਹੇ ਆ ਬਿਲਕੁਲ ਜੀ ਸਹੀ ਕਹਿ ਰਹੇ ਆ, ਸੋ ਚੰਦ ਬੋਲ ਇਹਨਾਂ ਤੋਂ ਹੋਰ ਸੁਣਨਾ ਚਾਹਾਂਗੇ, ਤੇ ਫਿਰ ਹੈਗੇ ਆ ਚੰਦ ਬੋਲ ਤੇ ਲੈ ਆਓ, ਆ ਜਾਓ ਰਾਜਕਮਲ ਜੀ। ਹੁਣ ਹੁਣ ਇਸ ਵੇਲੇ ਅਗਲੀ ਵਾਰ ਸੁਣੀਏ? ਨਹੀਂ ਨਹੀਂ ਜਿਵੇਂ ਤੁਹਾਡੀ ਮਰਜ਼ੀ। ਆ ਜਾ ਫਿਰ, ਚਲੋ ਅੱਜ ਸਾਰਿਆਂ ਦੀ ਡਿਮਾਂਡ ਹੈ ਤੇ ਸੁਣਦੇ ਆ ਤੁਹਾਡੇ ਤੋਂ। ਓਕੇ ਓਕੇ, ਜੁੱਤੀ ਕਸੂਰੀ ਸੁਣਾ ਲਿਆ? ਸੁਣਾ ਦੋ ਸੁਣਾ ਦੋ। ਜੁੱਤੀ ਕਸੂਰੀ ਪੈਰੀ ਨਾ ਪੂਰੀ, ਹਾਏ ਰਬਾਵੇ ਸਾਨੂੰ ਤੁਰਨਾ ਪਿਆ, ਹਾਏ ਰਬਾਵੇ ਸਾਨੂੰ ਤੁਰਨਾ ਪਿਆ। ਜਿੰਨਾ ਰਹਾਂ ਦੀ ਮੈਂ ਸਾਰ ਨਾ ਜਾਣਾ, ਓਨੀ ਰਾਹੀ ਵੇ ਮੈਨੂੰ ਮੁੜਨਾ ਪਿਆ, ਓਨੀ ਰਾਹੀ ਵੇ ਮੈਨੂੰ ਮੁੜਨਾ ਪਿਆ। ਸਹੁਰੇ ਪਿੰਡ ਦੀਆਂ ਲੰਮੀਆਂ ਵਾਟਾਂ, ਬੜਾ ਪਵਾੜਾ ਪੈ ਗਿਆ। ਸਹੁਰੇ ਪਿੰਡ ਦੀਆਂ ਲੰਮੀਆਂ ਵਾਟਾਂ, ਬੜਾ ਪਵਾੜਾ ਪੈ ਗਿਆ। ਯੱਕਾ ਤਾਂ ਪਾੜੇ ਕੋਈ ਨਾ ਕੀਤਾ, ਸੋਹਣਾ ਪੈਦਲ ਲੈ ਗਿਆ, ਹਾਏ ਮਾਹੀਆ ਪੈਦਲ ਲੈ ਗਿਆ। ਜੁੱਤੀ ਕਸੂਰੀ ਪੈਰੀ ਨਾ ਪੂਰੀ, ਹਾਏ ਰਬਾਵੇ ਸਾਨੂੰ ਤੁਰਨਾ ਪਿਆ, ਹਾਏ ਰਬਾਵੇ ਸਾਨੂੰ ਤੁਰਨਾ ਪਿਆ। ਹੈ ਨਾ, ਵਾਹ ਜੀ ਵਾਹ, ਕਿਆ ਬਾਤ ਹੈ। ਸੋ ਬਹੁਤ ਬਹੁਤ ਸ਼ੁਕਰੀਆ ਰਾਜਕਮਲ ਜੀ, ਬਹੁਤ ਵਧੀਆ ਲੱਗਿਆ ਤੁਸੀਂ ਸਾਡੇ ਸਵੇੜੇ ਚ ਆਏ, ਰੌਣਕਾਂ ਲਾਈਆਂ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨਾਲ ਜੁੜਨ ਦੇ ਲਈ, ਇਸ ਮੰਚ ਤੇ ਆਉਣ ਦੇ ਲਈ, ਸਾਡੇ ਸਾਰੇ ਸਾਂਝ ਬਣਾਉਣ ਦੇ ਲਈ। ਸਾਰੇ ਸ਼ਰੋਤਿਆਂ ਦਾ ਥੈਂਕਸ ਜੀ। ਜੀ ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ, ਇਹ ਸਨ ਰਾਜ ਕਮਲ ਜੀ ਜੋ ਪਟਿਆਲਾ ਤੋਂ ਸਾਡੇ ਨਾਲ ਜੁੜੇ ਸੀ, ਬਹੁਤ ਹੀ ਪਿਆਰੀ ਆਵਾਜ਼ ਤੇ ਸੋਹਣਾ ਗੀਤ ਸੁਣਾ ਕੇ ਗਏ। ਤੇ ਲੋ ਇਸ ਵੇਲੇ ਜਗਵੰਤ ਖੇੜਾ ਜੀ ਜਿਹੜੇ ਆ ਸਾਡੇ ਨਾਲ ਜੁੜ ਚੁੱਕੇ ਨੇ ਅਮਰੀਕਾ ਤੋਂ, ਤੇ ਮੇਰੇ ਕੋਲ ਬਹੁਤ ਸਾਰੇ ਮੈਸੇਜਸ ਆ ਰਹੇ ਨੇ। ਸੋ ਨਾਲ ਨਾਲ ਗੁਰਵਿੰਦਰ ਨਿੱਜਰ ਜੀ ਕਹਿ ਰਹੇ ਆ ਮੇਰੀ ਵੀ ਗਈ ਹੋਈ ਹੈ ਜੀ, ਕਹਿੰਦੇ 2 ਸਾਲ ਤੋਂ। ਸਹੀ ਕਿਹਾ, ਸੋ ਸੋਹਣਾ ਗੀਤ ਜਿਹੜਾ ਸੁਣਾਇਆ, ਤੇ ਨਾਲ ਹੀ ਹੋਰ ਵੀ ਬਹੁਤ ਸਾਰੇ ਸੁਨੇਹੇ ਨੇ ਫੇਸਬੁੱਕ ਦੇ ਜ਼ਰੀਏ ਜਿਨ੍ਹਾਂ ਦੀ ਮੈਂ ਫਟਾਫਟ ਨਾਲ ਨਾਲ ਸਾਂਝ ਪਾਉਂਦੇ ਜਾਣਾ। ਸੋ ਮਨਪ੍ਰੀਤ ਕੌਰ ਪਿੰਡ ਵਾਂਦਰ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਨਾਲ ਨਾਲ ਵਿਸ਼ਾਲ ਜੀ ਜਿਹੜੇ ਆ ਉਹ ਵੀ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ, ਰਾਮਜੀਤ ਖੰਗੂੜਾ ਜੀ ਵੀ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ, ਬੀ ਸਿੰਘ ਕੁਹਾਰ ਜੀ ਫਿਲਮੀ ਅਦਾਕਾਰ ਲੇਖਕ ਜਿਹੜੇ ਆ ਤੇ ਸਾਡੇ ਨਾਲ ਜੁੜ ਚੁੱਕੇ ਨੇ, ਮਲਕੀਤ ਸਿੰਘ ਜੀ ਗੋਨਿਆਣਾ ਮੰਡੀ ਜ਼ਿਲ੍ਹਾ ਬਠਿੰਡਾ ਤੋਂ, ਗਗਨ ਜੀ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਨੂੰ ਸੁਣ ਰਹੇ ਆ, ਮੋਨਾ ਪਨਹੋਤਰਾ ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਗਗਨ ਜੀ। ਸੋ ਬਿਲਕੁਲ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਅਤੇ ਸੁਭਾਸ਼ ਗੋਦਾਰਾ ਜੀ ਕਹਿ ਰਹੇ ਜੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਸੋ ਜੀ ਜੀ ਬਹਿਰੀਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੇ ਪਰਿਵਾਰ ਨੂੰ, ਅਤੇ ਨਾਲ ਹੀ BSNL ਮਾਫੀ ਚਾਹੂੰਗੀ BSFM ਵਾਲਾ ਬਲਵੰਤ ਸਿੰਘ ਜੀ ਜਿਹੜੇ ਆ ਉਹਨਾਂ ਦਾ ਨਾਮ ਮੇਰੇ ਕੋਲ ਫੇਸਬੁੱਕ ਦੇ ਜ਼ਰੀਏ ਸ਼ੋ ਹੋ ਰਿਹਾ। ਸੋ ਸਤਿ ਸ਼੍ਰੀ ਅਕਾਲ ਗਗਨ ਮੈਡਮ ਜੀ, ਅਤੇ ਫੇਸਬੁੱਕ 'ਤੇ ਪ੍ਰੋਗਰਾਮ ਪੇਸ਼ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਭੁੱਖਿਆਂ ਨੂੰ ਲੰਗਰ ਛਕਾਉਣ ਦੇ ਬਰਾਬਰ ਹੈ, ਧੰਨਵਾਦ ਸਾਹਿਤ ਬਲਵੰਤ ਸਿੰਘ FM ਵਾਲਾ ਪਿੰਡ ਤੇ ਡਾਕਰ ਸਿਰੀ ਵਾਲਾ ਲੱਕੀ ਖੋਖਰ। ਸੋ ਵਿਸ਼ਾਲ ਕੁਮਾਰ ਜੀ ਵੱਲੋਂ ਵੀ ਥਮਸ ਅਪ ਪਹੁੰਚ ਗਏ ਨੇ। ਸੋ ਰਾਣਾ ਜਹਾਂਗੀਰ ਜੀ, ਗੁਰਵਿੰਦਰ ਨਿੱਜਰ ਜੀ ਜਿਹੜੇ ਆ ਉਹ ਵੀ ਸਾਡੇ ਨਾਲ ਜੁੜੇ ਹੋਏ ਨੇ, ਤੇ ਇਸ ਵੇਲੇ ਹੱਸ ਵੀ ਰਹੇ ਨੇ, ਤੇ ਨਾਲ ਨਾਲ
ਜਹਾਂਗੀਰ ਮੰਜ਼ਰ ਜੀ ਜਿਹੜੇ ਆ ਕਹਿ ਰਹੇ ਆ ਜੀ, ਸੋਹਣਾ ਗੀਤ, ਖੂਬਸੂਰਤ ਆਵਾਜ਼, ਮਾਸ਼ਾਅੱਲਾ, ਅਤੇ ਨਾਲ ਨਾਲ ਮਨਪ੍ਰੀਤ ਪਿੰਡ ਵਾਂਦਰ ਤੋਂ ਤਹਿ ਦਿਲੋਂ ਧੰਨਵਾਦ ਜਸਵੀਰ ਭਲੂਰੀਆ ਜੀ ਕਹਿ ਰਹੇ ਨੇ, ਅਤੇ ਨਾਲ ਹੀ ਲੰਬਰਦਾਰ ਛਿੰਦਾ ਬੁਰਜ ਵਾਲਾ ਵੀ ਪ੍ਰੋਗਰਾਮ ਦੇ ਨਾਲ ਜੁੜੀਏ ਨੇ, ਸਭ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਸੋ ਨਵੇਂ ਨਵੇਂ ਨਾਮ ਆ ਰਹੇ ਨੇ, ਜੇ ਨਾਮ ਪੜ੍ਹਨ ਦੇ ਵਿੱਚ ਸ਼ਬਦ ਇੱਧਰ ਉੱਧਰ ਹੋ ਜਾਣ, ਮੈਂ ਪਹਿਲਾਂ ਹੀ ਮਾਫ਼ੀ ਮੰਗ ਲੈਂਦੀ ਹਾਂ, ਕਿਉਂਕਿ ਹੌਲੀ ਹੌਲੀ ਸਾਰਿਆਂ ਦੇ ਨਾਮ ਜਿਹੜੇ ਆ ਉਹ ਜ਼ੁਬਾਨ 'ਤੇ ਚੜ੍ਹ ਜਾਣੇ ਨੇ, ਅਤੇ ਫਿਰ ਔਖਾ ਨਹੀਂ ਲੱਗਣਾ। ਫਿਲਹਾਲ ਜਗਵੰਤ ਜੀ ਹੋਰਾਂ ਦੇ ਨਾਲ ਬਣਾਉਣੇ ਸਨ। ਜਗਵੰਤ ਜੀ ਬਹੁਤ ਬਹੁਤ ਸਵਾਗਤ ਗਗਨ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਅਤੇ ਨਾਲ ਸਵਾਗਤ ਅੱਜ ਦੇ ਇਸ ਪ੍ਰੋਗਰਾਮ 'ਚ। ਅਤੇ ਜਗਵੰਤ ਜੀ, ਕਿਹੜਾ ਖਾਸ ਖਜ਼ਾਨਾ ਤੁਹਾਡੇ ਕੋਲ ਹੈਗਾ ਜਿਹਦੀ ਸਾਂਝ ਪਾਉਂਗੇ ਅੱਜ? ਬਸ ਚਾਰ ਲਾਈਨਾਂ ਮੈਂ ਆਪਣੇ ਪਿਆਰਿਆਂ ਦੇ ਨਾਂ ਕਰਨਾ ਪਹਿਲਾਂ ਜੀ। ਆ ਜਾਓ ਫਿਰ। ਕੁਝ ਆਦਮੀ ਬਹੁਤ ਹੀ ਖਾਸ ਹੁੰਦੇ ਨੇ, ਵਾਹ, ਬਿਲਕੁਲ ਆਪਣੇ ਵਰਗੇ ਦਿਲ ਦੇ ਪਾਸ ਹੁੰਦੇ ਨੇ। ਕੀ ਬਾਤ ਹੈ। ਇੱਕ ਦੋ ਤਿੰਨ ਪਾਏਦਾਨ ਤਾਂ ਫੈਸਲਾ ਕਰਨ ਨੂੰ ਹੁੰਦੇ, ਇੱਕ ਦੋ ਤਿੰਨ ਪਾਏਦਾਨ ਤਾਂ ਫੈਸਲਾ ਕਰਨ ਨੂੰ ਹੁੰਦੇ, ਵਾਹ, ਬੇਸ਼ੱਕ ਸਾਰਿਆਂ ਦੇ ਸਖਤ ਬਰਾਬਰ ਅਭਿਆਸ ਹੁੰਦੇ ਨੇ। ਕੀ ਬਾਤ ਹੈ। ਕੁਝ ਆਦਮੀ ਬਹੁਤ ਹੀ ਦਿਲ ਦੇ ਪਾਸ ਹੁੰਦੇ ਨੇ। ਵਾਹ ਵਾਹ ਗਗਨ ਜੀ, ਸਾਡੇ ਨਾਲ ਨਾਲ ਚੱਲੋ ਜੀ, ਸਫ਼ਰ ਕੱਟ ਜਾਏਗਾ, ਵਾਹ, ਹੱਸਣ ਖੇਡਣ ਦੇ ਨਾਲ ਥੋੜਾ ਬੋਝ ਘੱਟ ਜਾਏਗਾ, ਬਹੁਤ ਖੂਬ, ਸਾਡੇ ਨਾਲ ਨਾਲ ਚੱਲੋ ਜੀ, ਸਫ਼ਰ ਕੱਟ ਜਾਏਗਾ। ਸੈਲਾਬ ਆਉਣ ਤੋਂ ਪਹਿਲਾਂ ਸਾਫ਼ ਕਰ ਲਵੋ ਮਨ ਨੂੰ, ਵਾਹ, ਸੈਲਾਬ ਆਉਣ ਤੋਂ ਪਹਿਲਾਂ ਸਾਫ਼ ਕਰ ਲਵੋ ਮਨ ਨੂੰ, ਵਰਨਾ ਸੋਚਾਂ ਦਾ ਮਲਵਾ ਮੂੰਹ ਅੱਗੇ ਅੱਟ ਜਾਏਗਾ। ਕੀ ਬਾਤ ਹੈ, ਬਹੁਤ ਖੂਬ। ਤਾਂ ਹੀ ਤਾਂ ਕਹਿੰਦੇ ਨੇ ਹੱਸਣ ਖੇਡਣ ਦੇ ਨਾਲ ਬੋਝ ਘੱਟ ਜਾਏਗਾ। ਆਪਣੇ ਦਾਇਰੇ ਦੀ ਹਿਫਾਜ਼ਤ ਚੁਸਤ ਰਹਿ ਕੇ ਕਰੋ, ਵਾਹ, ਆਪਣੇ ਦਾਇਰੇ ਦੀ ਹਿਫਾਜ਼ਤ ਚੁਸਤ ਰਹਿ ਕੇ ਕਰੋ, ਵਰਨਾ ਕੋਈ ਮਨਚਲਾ ਤੁਹਾਡੇ ਨਾਲ ਸੱਟ ਜਾਏਗਾ। ਕੀ ਬਾਤ ਹੈ। ਜੋ ਯੋਜਨਾ ਨਹੀਂ ਬਣਾਉਂਦਾ ਜ਼ਰੂਰਤ ਤੇ ਲੋੜਾਂ ਦੀ, ਜੋ ਯੋਜਨਾ ਨਹੀਂ ਬਣਾਉਂਦਾ ਜ਼ਰੂਰਤ ਤੇ ਲੋੜਾਂ ਦੀ, ਲੈਣ ਲਈ ਬਾਰ ਬਾਰ ਉਹ ਰੋਜ਼ ਹਟ ਜਾਏਗਾ। ਵਾਹ। ਜਿਸ ਚੀਜ਼ ਦਾ ਅਭਾਵ ਖਟਕਦਾ ਤੰਗ ਕਰਦਾ ਹੋਵੇ, ਜਿਸ ਚੀਜ਼ ਦਾ ਅਭਾਵ ਖਟਕਦਾ ਤੰਗ ਕਰਦਾ ਹੋਵੇ, ਮਿਲਣ ਤੇ ਮੌਕਾ ਵਾਹੋ ਦਾ ਹੀ ਖਾ ਪੀ ਝਟ ਜਾਏਗਾ। ਕਿਆ ਬਾਤ। ਜਿਹੜਾ ਫਰਕ ਨਾ ਜਾਣਦਾ ਹੋਵੇ ਗੰਦ ਤੇ ਸਫਾਈ ਚ, ਜਿਹੜਾ ਫਰਕ ਨਾ ਜਾਣਦਾ ਹੋਵੇ ਗੰਦ ਤੇ ਸਫਾਈ ਚ, ਪਹਿਲਾਂ ਵਰਗਾ ਉਹ ਕਦੇ ਵੀ ਛੱਡ ਕੇ ਨਹੀਂ ਤੱਟ ਜਾਏਗਾ। ਵਾਹ। ਹੱਸਣ ਖੇਡਣ ਦੇ ਨਾਲ ਥੋੜਾ ਬੋਝ ਘੱਟ ਜਾਏਗਾ, ਸਾਡੇ ਨਾਲ ਨਾਲ ਚੱਲੋ ਜੀ, ਸਫ਼ਰ ਕੱਟ ਜਾਏਗਾ। ਕਿਆ ਬਾਤ ਹੈ। ਪਰਵਾਹ ਨਹੀਂ ਕਰਦਾ ਜਿਹੜਾ ਜੜਾਂ ਤੇ ਭਾਵਨਾਵਾਂ ਦੀ, ਪਰਵਾਹ ਨਹੀਂ ਕਰਦਾ ਜਿਹੜਾ ਜੜਾਂ ਤੇ ਭਾਵਨਾਵਾਂ ਦੀ, ਦੂਰ ਹੁੰਦਾ ਹੁੰਦਾ ਇੱਕ ਦਿਨ ਉਹ ਸਭ ਤੋਂ ਕੱਟ ਜਾਏਗਾ। ਵਾਹ। ਲਗਾਤਾਰ ਜ਼ਰੂਰਤ ਹਰ ਦਿਨ ਪੜ੍ਹਨਾ ਲਿਖਣਾ ਸੁਣਨਾ, ਲਗਾਤਾਰ ਜ਼ਰੂਰਤ ਹਰ ਦਿਨ ਪੜ੍ਹਨਾ ਲਿਖਣਾ ਸੁਣਨਾ, ਪੂਰਾ ਪਾਠ ਇਸ ਤਰ੍ਹਾਂ ਸਦਾ ਲਈ ਰਟ ਜਾਏਗਾ। ਕੀ ਬਾਤ ਹੈ।
ਆਦਾਨ ਪ੍ਰਦਾਨ ਵਿਚਾਰਾਂ ਦਾ ਕਰਦੇ ਰਹੋ ਜਗਵੰਤ। ਆਦਾਨ ਪ੍ਰਦਾਨ ਵਿਚਾਰਾਂ ਦਾ ਕਰਦੇ ਰਹੋ ਜਗਵੰਤ, ਹੱਸਦੇ ਖੇਲਦੇ ਲੰਬਾ ਰਸਤਾ ਸੌਖਾ ਕੱਟ ਜਾਏਗਾ। ਬਹੁਤ ਹੱਸਣ ਖੇਡਣ ਦੇ ਨਾਲ ਬੋਝ ਕੱਟ ਜਾਏਗਾ, ਸਾਡੇ ਨਾਲ ਨਾਲ ਚੱਲੋ ਜੀ ਸਫ਼ਰ ਕੱਟ ਜਾਏਗਾ, ਸਾਡੇ ਨਾਲ ਨਾਲ ਚੱਲੋ ਜੀ ਸਫ਼ਰ ਕੱਟ ਜਾਏਗਾ। ਇਹੀ ਗੁਜ਼ਾਰਿਸ਼ ਹੈ ਸਾਰੇ ਸਰੋਤਿਆਂ ਨੂੰ ਜੀ। ਵਾਹ ਕਿਆ ਬਾਤ ਹੈ, ਬਹੁਤ ਸੋਹਣੀ ਗੁਜ਼ਾਰਿਸ਼ ਤੇ ਜਗਵੰਤ ਜੀ, ਇੰਨੇ ਸੋਹਣੇ ਤਰੀਕੇ ਦੇ ਨਾਲ ਤੁਸੀਂ ਇਹ ਅਲਫਾਜ਼ ਚਿਣੇ ਨੇ, ਸੋ ਵਾਕਈ ਦਿਲ ਲੁੱਟ ਕੇ ਲੈ ਗਿਆ। ਸੋ ਸਾਡੇ ਪ੍ਰੋਗਰਾਮ ਦਾ ਨਾਮ ਹੈ ਜਿਵੇਂ ਸਾਡੇ ਨਾਲ ਨਾਲ ਚੱਲੋ ਜੀ, ਮੈਨੂੰ ਲੱਗਦਾ ਵੀ ਇਸ ਨਾਮ ਨੂੰ ਤੁਹਾਡੇ ਅਲਫਾਜ਼ ਸੰਪੂਰਨ ਕਰਦੇ ਨੇ। ਸੋ ਬਹੁਤ ਖੂਬ। ਸੋ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੀਆਂ ਸਿੱਖਿਆਵਾਂ ਇਹਨਾਂ ਅਲਫਾਜ਼ਾਂ ਤੋਂ ਮਿਲੀਆਂ ਨੇ ਕਿ ਤੂਫਾਨ ਜ਼ਿੰਦਗੀ ਦਾ ਜਿਹੜਾ ਪੂਰਾ ਰੰਗ ਬਦਲ ਸਕਦੇ ਨੇ, ਪੂਰੀ ਜ਼ਿੰਦਗੀ ਉਥਲ ਪੁਥਲ ਕਰ ਸਕਦੇ ਨੇ ਜੇ ਅਸੀਂ ਤਰਤੀਬ ਦੇ ਨਾਲ ਨਹੀਂ ਚੱਲਾਂਗੇ। ਸੋ ਬਹੁਤ ਸੋਹਣੀ ਰਚਨਾ, ਬਹੁਤ ਵਧੀਆ ਲੱਗਿਆ ਤੁਸੀਂ ਸਾਡੇ ਇਸ ਵਿਹੜੇ ਦੇ ਵਿੱਚ ਅਮਰੀਕਾ ਤੋਂ ਪਹੁੰਚੇ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨਾਲ ਜੁੜਨ ਦੇ ਲਈ, ਸਾਂਝ ਬਣਾਉਣ ਦੇ ਲਈ, ਇਸ ਮੰਚ 'ਤੇ ਆਉਣ ਦੇ ਲਈ ਸ਼ੁਕਰੀਆ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜੀ, ਇਸ ਜਗਵੰਤ ਜੀ ਬਹੁਤ ਹੀ ਸੋਹਣੀ ਰਚਨਾ ਸੁਣਾ ਕੇ ਗਏ ਨੇ। ਇਸ ਵੇਲੇ ਪ੍ਰੋਗਰਾਮ ਦੇ ਵਿੱਚ ਗਿੱਲ ਆਂਟੀ ਜੀ ਜਿਹੜੇ ਪਹੁੰਚ ਚੁੱਕੇ ਨੇ ਅਤੇ ਉਸ ਤੋਂ ਬਾਅਦ ਬਲਵੰਤ ਜੀ ਸਿਰੀਏਵਾਲਾ ਤੋਂ ਜੁੜ ਚੁੱਕੇ ਨੇ। ਬਲਵੰਤ ਜੀ ਬਹੁਤ ਜਲਦ ਤੁਹਾਡੇ ਨਾਲ ਸਾਂਝ ਬਣਾਉਂਦੇ ਹਾਂ, ਪਰ ਪਹਿਲਾਂ ਗਿੱਲ ਆਂਟੀ ਜੀ ਆਏ ਹੋਏ ਨੇ, ਗਿੱਲ ਆਂਟੀ ਜੀ ਵੱਲ ਚੱਲਦੇ ਆ। ਸੋ ਗਿੱਲ ਆਂਟੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਬੇਟੇ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗਿੱਲ ਆਂਟੀ, ਬਹੁਤ ਬਹੁਤ ਸਵਾਗਤ। ਹਾਂਜੀ, ਮੈਂ ਆਪਣਾ ਸਕੇਜਲ ਬਣਾ ਲਿਆ ਹੈ ਵੀ ਕਾਫੀ ਵਿਚਾਰੇ ਕਾਲਰ ਰਹਿ ਜਾਂਦੇ ਨੇ, ਮਨ ਸਭ ਦਾ ਹੀ ਜੀ ਕਰਦਾ ਵੀ ਅਸੀਂ ਗੱਲ ਕਰੀਏ, ਸ਼ੇਅਰ ਕਰੀਏ, ਕੁਛ ਸੁਣਾਈਏ, ਹਨਾ। ਤੇ ਮੈਂ ਕਿਹਾ ਹੁਣ ਵਿੱਚੋਂ ਮੈਂ 2-3 ਦਿਨ ਗੈਪ ਕਰਾਂਗੀ, ਮੇਰੀ ਜਗ੍ਹਾ ਤੇ ਕੋਈ ਹੋਰ ਵੀ ਸੁਣਾ ਸਕੇ ਜੀ, ਚੰਗਾ ਲੱਗਦਾ ਹੈ। ਬਾਕੀ ਫਰਮੈਸ਼ੀ ਗਾਣਿਆ ਤਰ੍ਹਾਂ ਤੁਸੀਂ ਸਕੈਜਲ ਬਣਾਓ ਨਾ, ਜਿਹੜੇ ਇੰਨੇ ਤੁਸੀਂ ਮੈਂ ਸਿਣੇ ਪੜ੍ਹੇ ਨੇ, ਇੰਨੀਆਂ ਨੇ ਕਾਲਾਂ ਪੜੀਆਂ ਨੇ, ਤੇ ਤੁਸੀਂ ਇਹ ਕਿਵੇਂ ਸਾਰੀਆਂ ਲੈਣੀਆਂ ਚਾਹੀਦੀਆਂ ਨੇ, ਕਿਵੇਂ ਤੁਸੀਂ ਸਕੈਜਲ ਬਣਾਓ ਸਾਰੇ, ਕੋਈ ਨਿਰਾਸ਼ ਨਾ ਹੋ ਜਾਵੇ ਵੀ ਆਪਣੀ ਗਗਨ ਨੇ ਫੋਨ ਨਹੀਂ ਲਿਆ, ਹਨਾ। ਬਿਲਕੁਲ ਜੀ, ਤੇ ਮੈਂ ਤਾਂ ਇਹੀ ਕਹਿੰਦੀ ਸਾਂ, ਬਾਕੀ ਮੈਂ ਇੱਕ ਬੋਲੀ ਤੇਰੇ ਤੇ ਪਾ ਕੇ, ਫਿਰ 2-3 ਬੋਲੀਆਂ ਮੈਂ ਤਾਂ ਜ਼ਿਆਦਾ ਬਹੁਤ ਘੱਟ ਗਈ ਹਾਂ। ਬਾਕੀ ਜਿਹੜੀ ਉਹ ਭੈਣ ਜੀ ਸੁਣਾ ਗਿਆ ਨਾ, ਪਹਿਲਾਂ ਫੜ ਕੁੰਜੀਆਂ, ਮੇਰਾ ਫੇਵਰੇਟ ਗਾਣਾ ਹੈ, ਮੈਂ ਗਾਉਣੀ ਹੁੰਦੀ ਹਾਂ, ਮੇਰੇ ਕੋਲ ਲਿਖਿਆ ਆਇਆ ਪਰ ਮੇਰਾ ਗਲਾ ਜਿਹੜਾ ਉਹ ਇਸ ਤਰ੍ਹਾਂ ਚੱਲਦਾ ਨੀ ਹੈਗਾ, ਮੈਂ ਤਾਂ ਕਰਕੇ ਮੇਰੇ ਬਹੁਤ ਪਿਆਰਾ ਲੱਗਦਾ ਮੈਨੂੰ, ਬੱਕਰੀ ਬੈਠੀ ਕੇ ਗਾ ਲੈਂਦੀ, ਬਹੁਤ ਉਹਨਾਂ ਦੀ ਆਵਾਜ਼ ਸੋਹਣੀ, ਬੜਾ ਚੰਗਾ ਗਾਇਆ ਤੇ ਮੈਨੂੰ ਬੜਾ ਪਸੰਦ ਆਇਆ। ਹਾਂਜੀ ਬਿਲਕੁਲ ਜੀ ਬਿਲਕੁਲ। ਸੋ ਰਾਜ ਕਮਲ ਜੀ ਵਾਕਈ ਬਹੁਤ ਹੁਣ ਇੱਕ ਵਾਰੀ ਸੁਣ ਸੁਣਾ ਪਾ ਲਈਏ, ਆ ਜਾ ਫਿਰ। ਹਾਂਜੀ ਥੈਂਕ ਯੂ, ਉਹਨਾਂ ਦਾ ਬਹੁਤ ਵਧੀਆ ਗਾਇਆ, ਆਉਣ ਕਰ ਜਿੰਨਾ ਕੇ ਟਾਈਮ ਕੱਢ ਕੇ ਜਿੰਨਾ ਜਿੰਨਾ ਟਾਈਮ ਨਾਲ ਸਾਰੇ ਲਓ। ਓਕੇ ਜੀ 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 ਜੀ। ਤੂੰ ਨੱਚ 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 ਨੀ ਤੂੰ ਹੌਲੀ ਹੌਲੀ ਨੱਚ, ਨੀ ਤੂੰ ਨੱਚ 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 ਨੀ ਤੂੰ ਹੌਲੀ ਹੌਲੀ ਨੱਚ, ਡਿੱਗ ਨਾ ਪਵੇ ਗੁਆਂਢੀਆਂ ਦੀ ਕੰਧ ਤਿੜ ਕੇ, ਨੀ ਆ ਜਾ ਗਗਨ ਨੀ ਆ ਜਾ ਗਗਨ ਨੱਚ ਲੈ ਮੇਰੀ ਤੂੰ ਪਾਂ ਫੜ ਕੇ, ਨੀ ਆ ਜਾ ਗਗਨ ਨੱਚ ਲੈ ਗਿੱਧੇ ਦੇ ਵਿੱਚ ਗਗਨ ਮੇਰੀ ਬਾਂ ਫੜ ਕੇ, ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਗਾਉਣਾ, ਨੀ ਅੱਖ ਤੇਰੀ ਗਗਨ ਲੋ ਵਰਗੀ, ਨੀ ਅੱਖ ਤੇਰੀ ਗਗਨ ਲੋ ਵਰਗੀ, ਸੁਰਮਾ ਕਾ ਤੋ ਪਾਉਣਾ, ਨੀ ਅੱਖ ਤੇਰੀ ਲੋ ਵਰਗੀ, ਸੁਰਮਾ ਕਾ ਤੋ ਪਾਉਣਾ, ਨੀ ਅੱਖ ਤੇਰੀ ਲੋ ਵਰਗੀ। ਚਲੋ ਕਿਆ ਮੈਂ ਤੇਰੇ ਤੋਂ ਬੈਠੀ ਬੈਠੀ ਬੋਲੀਆਂ ਬਣਾਈਆਂ ਸੀ ਹੁਣ। ਥੈਂਕ ਯੂ ਗਿੱਲ ਆਂਟੀ, ਸੋਹਣੀ ਜੀ, ਇੱਕ ਮਜ਼ਾ, ਇੱਕ ਆਪਣੇ ਨੂੰ ਫਰੈਸ਼ ਕਰਨਾ, ਆਪਾਂ ਹਸਲਾ ਖੇਡਣਾ, ਹਸਲਾ ਖੇਡਣਾ ਮਨ ਕਾ ਚਾਹੋ। ਬਿਲਕੁਲ ਸੋਹਣੀ ਜੀ, ਇੱਕ ਨਾਰ ਸੁਣੀਂਦੀ ਝਾਂਜਰ ਪੈ ਛਣਕਾਵੇ, ਵੀ ਧਰਤੀ ਨੱਚੇ ਅੰਬਰ ਨੱਚੇ,
ਨੈਣ ਜਦੋਂ ਮਟਕਾਵੇ ਨੀ ਨਿੰਮਾ ਨਿੰਮਾ ਜਾ, ਨੀ ਨਿੰਮਾ ਨਿੰਮਾ ਜਾ, ਲੱਕ ਲਾ ਵੇਖੜ ਕੇ ਵੇਖ ਮੁੰਡਿਆ, ਵੇਖੜ ਕੇ ਸੁਣ ਮੁੰਡਿਆ ਤੇਰੀ ਨਾਰ ਬੋਲੀਆਂ ਪਾਵੇ, ਖੜ ਕੇ ਸੁਣ ਮੁੰਡਿਆ ਤੇਰੀ ਨਾਰ ਬੋਲੀਆਂ ਪਾਵੇ, ਖੜ ਕੇ ਸੁਣ ਮੁੰਡਿਆ। ਬਾਰੀ ਬਰਸੀ ਖਟਣ ਗਿਆ ਸੀ, ਖਟ ਕੇ ਲਿਆਂਦਾ ਤਾਰਾ, ਵੇਖ ਗਿੱਧੇ ਵਿੱਚ, ਵੇਖ ਗਿੱਧੇ ਚ ਤੇਰੀ ਨਾਰ ਨੱਚਦੀ, ਵੇ ਗਿੱਧੇ ਤੇਰੀ ਨਾਰ ਨੱਚਦੀ, ਮਾਰ ਮੁੰਡਿਆ ਲਲਕਾਰਾ, ਵੇ ਗਿੱਧੇ ਤੇਰੀ ਨਾਰ ਨੱਚਦੀ, ਮਾਰ ਮੁੰਡਿਆ ਲਲਕਾਰਾ, ਵੇ ਗਿੱਧੇ ਤੇਰੀ ਨਾਰ ਨੱਚਦੀ। ਚੀਨ ਮੀਨ ਦੀ ਕੁੜਤੀ ਤੇਰੀ ਗਗਨ ਜੀ, ਚੀਨ ਮੀਨ ਦੀ ਕੁੜਤੀ ਤੇਰੀ, ਲਾਲਾ ਬਟਨ ਮੜਾ ਕੇ, ਨੀ ਕਹਿੰਦੇ ਨੀ ਕੰਮ ਧੰਦੇ ਨੂੰ ਤੂੰ ਹੱਥ ਨਾ ਲਾਵੇ, ਨੀ ਕੰਮ ਧੰਦੇ ਨੂੰ ਤੂੰ ਹੱਥ ਨਾ ਲਾਵੇ, ਮੁੱਖ ਨੂੰ ਰੱਖੇ ਚਮਕਾ ਕੇ, ਨੀ ਕੀ ਰੰਗ ਲਾ ਲੇਗੀ ਘਰ ਸਹੁਰਿਆਂ ਦੇ ਜਾ ਕੇ, ਨੀ ਕੀ ਰੰਗ ਲਾ ਲੇਗੀ ਕਰ ਜਾ ਕੇ, ਕੰਮ ਕੰਮ ਕਿਉਂ ਨਹੀਂ ਕਰਦੀ, ਗਿੱਧਾ ਗਿੱਧਾ ਕਰੇ ਸ਼ਕੀਨਾ, ਗਿੱਧਾ ਪਊ ਬਥੇਰਾ, ਵੇ ਗਿੱਧੇ ਮੇਰੇ ਦੀ ਥਾਂ ਥਾਂ ਚਰਚਾ, ਵੇ ਗਿੱਧੇ ਮੇਰੇ ਦੀ ਥਾਂ ਥਾਂ ਚਰਚਾ, ਨੱਚ ਚ ਪੱਟਦਿਆ ਵਿਹੜਾ ਵੇ ਮੇਲੇ ਨੱਚ, ਮੇਲੇ ਚ ਨੱਚਦੀ ਨੂੰ ਰੋਕੂ ਅੱਜ ਮੈਨੂੰ ਖੇੜਾ, ਵੇ ਮੇਲੇ ਚ ਨੱਚਦੀ ਨੂੰ ਰੋਕੂ ਅੱਜ ਮੈਨੂੰ ਖੇੜਾ, ਵੇ ਮੇਲੇ ਚ ਨੱਚਦੀ ਨੂੰ। ਕੱਲ ਦਾ ਇੱਕ ਦੋ ਸਲਾ ਦਿਨ ਟਾਈਮ ਨੀ ਮੈਂ ਜ਼ਿਆਦਾ ਲੈਂਦੀ, ਆਉਣੀ ਕੁੜੀਏ ਕੱਟੀਆਂ ਹੋ ਕੇ, ਆਉਣੀ ਕੁੜੀਏ ਕੱਟੀਆਂ ਹੋ ਕੇ, ਕਰੀਏ ਗਿੱਧੇ ਦੀ ਤਿਆਰੀ, ਨੀ ਉਧਰੋਂ ਰੁਮਾਲ ਹਿੱਲਿਆ, ਨੀ ਉਧਰੋਂ ਰੁਮਾਲ ਹਿੱਲਿਆ, ਮੇਰੀ ਗਿੱਧੇ ਚ ਉੱਡੀ ਫੁਲਕਾਰੀ, ਨੀ ਉਧਰੋਂ ਰੁਮਾਲ ਹਿੱਲਿਆ, ਮੇਰੀ ਗਿੱਧੇ ਚ ਉੱਡੀ ਫੁਲਕਾਰੀ, ਨੀ ਉਧਰੋਂ ਰੁਮਾਲ ਹਿੱਲਿਆ। ਬਾਬਲ ਮੇਰੇ ਨੇ ਵਰ ਛੇੜਿਆ, ਵਰ ਛੇੜਿਆ ਕਾਲਾ, ਗਿੱਲ ਸਾਹਿਬ ਦੇ ਬੜੇ ਗੋਰੇ ਸੀ, ਬਾਬਲ ਮੇਰੇ ਨੇ ਵਰ ਸੇੜਿਆ, ਵਰ ਸੇੜਿਆ ਕਾਲਾ, ਨੀ ਆਉਣ ਸਹੇਲੀਆਂ ਦਿੰਦੀਆਂ ਤਾਨੇ, ਨੀ ਆਉਣ ਸਹੇਲੀਆਂ ਦਿੰਦੇ ਤਾਨੇ, ਇਹ ਨੀ ਇਹ ਤੇਰਾ ਘਰ ਵਾਲਾ, ਨੀ ਡਰਦੀ ਤਾਂ ਮੈਂ ਕੁਛ ਨਾ ਬੋਲਾਂ, ਨੀ ਡਰਦੀ ਤਾਂ ਮੈਂ ਕੁਛ ਨਾ ਬੋਲਾਂ, ਜਿਸਮ ਸੜਿਆ ਸਾਰਾ ਵੀ ਉਮਰ ਲੰਘਾ ਲਊਗੀ, ਵੇ ਉਮਰ ਲੰਘਾ ਲਊਗੀ, ਕਰਕੇ ਕਾਲਾ ਮਾਲਾ ਵੀ ਉਮਰ ਲੰਘਾ ਲਊਗੀ, ਕਰਕੇ ਸੁਤਨ ਸੂਪ ਦੀ ਸ਼ੀਸ਼ਿਆਂ ਵਾਲੀ, ਸੁਤਨ ਸੂਪ ਦੀ ਸ਼ੀਸ਼ਿਆਂ ਵਾਲੀ, ਨਾਲ ਹਵਾ ਦੇ ਕਹਿੰਦੀ ਵੇ, ਜਦ ਧਰਤੀ ਤੇ ਅੱਡੀ ਮਾਰਾਂ ਧਮਕ, ਗਿੱਧੇ ਵਿੱਚ ਪੈਂਦੀ ਵੀ ਸਾਰੀ ਦੁਨੀਆਂ ਤਨ ਤਨ ਕਰਦੀ, ਗਿੱਧੇ ਵਿੱਚ ਨੱਚਦੀ ਦੀ ਪਣ ਮੜਕ ਝੱਲੀ ਨਾ ਜਾਂਦੀ, ਗਿੱਧੇ ਵਿੱਚ ਨੱਚਦੀ ਦੀ ਗਗਨ ਜੀ ਮੜਕ ਝੱਲੀ ਨਾ ਜਾ ਕੇ ਬੇਟੇ। ਸ਼ੁਗਲ ਕਰਨਾ ਮਾੜਾ ਮੋਟਾ ਸ਼ੇਅਰ ਕਰ ਲੈਨੀ ਆ, ਪਰ ਇਹਨੇ ਗਾਣੇ ਮੈਂ ਗਵਾ ਨੀ ਸਕਦੀ, ਨੀ ਤਾਂ ਮੈਂ ਵੀ ਵਾਰੀ ਲਵਾਂ। ਓਕੇ ਬੇਟਾ ਖਾ ਲਓ ਤੁਸੀਂ, ਬਹੁਤ ਬਹੁਤ ਸ਼ੁਕਰੀਆ ਗਿੱਲ ਆਂਟੀ, ਕੋਈ ਨਿਰਾਸ਼ ਨਾ ਹੋਵੇ, ਸਾਰੇ ਥੋੜਾ ਟਾਈਮ ਲਿਆ ਕਰੋ, ਵਿਚਾਰੇ ਹੋਲਡ ਤੇ ਬੈਠੇ ਹੁੰਦੇ ਨੇ, ਫਿਰ ਗਗਨ ਕਹਿ ਦਿੰਦੀ ਸੋਰੀ ਮੈਂ ਕੱਲ ਆ ਜਾਂਗੀ, ਉਹ ਵਿਚਾਰੇ ਉੱਥੇ ਨਿਰਾਸ਼ ਹੋ ਜਾਂਦੇ। ਕਿਆ ਬਾਤ ਹੈ ਗਿੱਲ ਆਂਟੀ, ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਮੈਨੂੰ ਪਰ ਮੇਰੇ ਇਸ ਪਰਿਵਾਰ ਤੇ ਮਾਣ ਹੈ ਕਿ ਸਾਰੇ ਮੇਰੇ ਨਾਲ ਹੁੰਦੇ ਨੇ, ਜੇ ਕਾਲਸ ਰਹਿ ਵੀ ਜਾਂਦੀਆਂ ਨੇ ਤਾਂ ਵੀ ਸਾਡੇ ਜਿਹੜੇ ਇਸ ਰੇਡੀਓ ਪਰਿਵਾਰ ਦੇ ਮੈਂਬਰ ਨੇ ਉਹ ਗੁੱਸਾ ਨਹੀਂ ਕਰਦੇ। ਸੋ ਮੇਰੇ ਲਈ ਇਹੀ ਮਾਣ ਵਾਲੀ ਗੱਲ ਹੈ, ਕਿਉਂਕਿ ਮੇਰੀ ਵੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸਾਰਿਆਂ ਦੇ ਸੁਨੇਹੇ ਪੜ੍ਹਾਂ, ਪਰ ਮੈਂ ਕੀ ਕਰਾਂ, ਸਮੇਂ ਦੀਆਂ ਜਿਹੜੀਆਂ ਬੇੜੀਆਂ ਨੇ ਸਾਨੂੰ ਬੰਨ੍ਹ ਕੇ ਰੱਖਦੀਆਂ ਨੇ। ਇਸ ਵੇਲੇ ਬਲਵੰਤ ਜੀ ਸਿਰੇ ਵਾਲ ਸਾਡੇ ਨਾਲ ਨੇ, ਆਓ ਚੱਲੀਏ ਉਹਨਾਂ ਦੇ ਵੱਲ, ਅਤੇ ਫਿਰ ਤੁਹਾਨੂੰ ਰਚਨਾ ਵੀ ਸੁਣਾਵਾਂਗੇ। ਮਨਮੋਹਨ ਜੀ ਵੀ ਪਿੱਛੇ ਪਿੱਛੇ ਆ ਰਹੇ ਨੇ, ਅਤੇ ਰਣਦੀਪ ਖੰਗੂੜਾ ਜੀ ਜਿਹੜੇ ਉਹਨਾਂ ਦੇ ਨਾਲ ਵੀ ਸਾਂਝ ਬਣਾਵਾਂਗੇ, ਸਤਪਾਲ ਕਿੰਗਰਾ ਜੀ ਹੋਰਾਂ ਦੇ ਨਾਲ ਵੀ ਸਾਂਝ ਬਣਾਉਣੀ ਹੈ, ਕਿਉਂਕਿ ਲਗਾਤਾਰ ਇਹ ਕਾਲ ਜਿਹੜੀਆਂ ਮੇਰੇ ਕੋਲ ਸ਼ੋਅ ਹੋ ਰਹੀਆਂ ਨੇ। ਸੋ ਫਿਲਹਾਲ ਬਲਵੰਤ ਜੀ ਸਿਰੇ ਵਾਲਾ ਤੋਂ, ਬਲਵੰਤ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ। ਮੈਡਮ ਜੀ ਪਿਆਰ ਔਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਤੁਹਾਨੂੰ ਵੀ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਾਲ ਸਵਾਗਤ। ਬਲਵੰਤ ਜੀ ਕੀ ਲੈ ਕੇ ਆਏ ਹੋ ਅੱਜ ਫਿਰ ਸਾਡੇ ਇਸ ਪ੍ਰੋਗਰਾਮ ਦੇ ਵਿੱਚ? ਦੇਖੋ ਆਪਣਾ ਰੈਡੀਓ ਦਾ ਚੰਨ ਪ੍ਰਦੇਸੀ ਆ ਚੰਨ ਤੇ ਪਹੁੰਚ ਗਿਆ, ਵੀਰਾ ਵੀ ਖੁੱਲਾ ਹੋਇਆ ਤੇ ਜਿਹੜੇ ਪਰਿਵਾਰਕ ਮੈਂਬਰ ਵੀ ਬਹੁਤ ਵੱਧ ਗਏ। ਵਾਹ ਜੀ ਵਾਹ, ਸ਼ੁਕਰੀਆ। ਤੇ ਅਸਲ ਮੈਂ ਰੇਡੀਓ ਬਾਰੇ ਗੱਲ ਕਰਾਂਗਾ।
ਆਜੋ ਫਿਰ ਦੇਖੋ ਜਿਹੜਾ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਇਹਦਾ ਸਾਡੇ ਵਿੱਚ ਬਹੁਤ ਨੌ ਮਾਸ ਦਾ ਰਿਸ਼ਤਾ ਹੋ ਗਿਆ। ਬਿਲਕੁਲ, ਇੱਕ ਬ੍ਰਿਜ ਦਾ ਕੰਮ ਕਰਦੇ ਹੋ ਤੁਸੀਂ, ਸਾਡੀ ਗੱਲ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਕੇ ਫਿਰ ਮਸਲੇ ਹੱਲ ਕਰਦੇ ਘਰੇ ਬੈਠਣ ਦੇ, ਤੇ ਗੱਲ ਆ ਵੀ ਰੇਡੀਓ ਦੇ ਲਾਭ ਹਾਨੀਆਂ। ਬਿਲਕੁਲ, ਰੇਡੀਓ ਸੁਣਨ ਦੇ ਲਈ ਕੋਈ ਕਮਰੇ ਜਾਂ ਅਰਥਵੇਅਰ ਐਂਟੀਨੇ ਦੀ ਜ਼ਰੂਰਤ ਨਹੀਂ, ਨਾ ਹੀ ਲਾਈਟ ਦੀ ਜ਼ਰੂਰਤ ਹੈ, ਨਾ ਹੀ ਇਹਦੇ ਤੇ ਕੋਈ ਕੰਮ ਕਾਜ ਦਾ ਮਾੜਾ ਪ੍ਰਭਾਵ ਪੈਂਦਾ, ਅਸੀਂ ਆਪਦੇ ਕੰਮ ਕਾਜ ਨਾਲ ਕਰ ਸਕਦੇ ਹਾਂ। ਬਿਲਕੁਲ, ਨਾ ਕਿ ਇਹਦੇ ਨਾਲ ਕੋਈ ਨਜ਼ਰ ਘਟਣ ਦਾ ਖਾਸਾ ਹੁੰਦਾ, ਤੇ ਇਹਨੂੰ ਜਿਹੜੇ ਪੋਰਟੇਬਲ ਰੇਡੀਓ ਨੂੰ ਜਿੱਥੇ ਜਹਾਂ ਜਾਏ ਤਹਾਂ ਸੇ ਲੇ, ਬੱਸਾਂ ਤੇ ਲਿਖਿਆ ਹੁੰਦਾ ਜਹਾਂ ਜਾਏ ਤਹਾਂ ਸੇ ਲੇ, ਜਿੱਥੇ ਮਰਜ਼ੀ ਲੈ ਜਾਓ ਉੱਥੇ ਰੇਡੀਓ ਸਾਥ ਜਾਂਦਾ, ਜਿੱਥੇ ਸੂਰਜ ਦੀਆਂ ਕਿਰਨਾਂ ਨੀ ਪਹੁੰਚਦੀਆਂ ਉੱਥੇ ਵੀ ਰੇਡੀਓ ਪਹੁੰਚਦਾ ਜੀ। ਬਹੁਤ ਖੂਬ, ਬਿਲਕੁਲ। ਤੇ ਪਰ ਇੱਕੋ ਹੀ ਹਾਨੀ ਆ, ਉਹ ਜਦੋਂ ਕਿਤੇ ਮੇਰੇ ਵਰਗਾ ਰੇਡੀਓ ਲਾ ਕੇ ਨਰਮਾ ਕਪਾਹ ਚੁਗ ਰਿਹਾ ਹੁੰਦਾ ਤੇ ਇੱਕ ਦੋ ਬੁੜੀਆਂ ਕਹਿੰਦੀਆਂ ਬੰਦ ਕਰੋ ਵੇ, ਬੁੜੀਆਂ ਫਿਰਦੀਆਂ, ਤੇ ਮੈਂ ਉਹਨਾਂ ਨੂੰ ਸਮਝਾਉਣਾ ਨਾ ਕੋਈ ਨੀ ਮਾਤਾ ਜੀ ਵੀ ਜਿਹੜੀਆਂ ਘਰੋਂ ਚੱਲ ਕੇ 5 ਵਜੇ ਆਉਣ ਦਾ ਧੁੰਦਾ ਦੇ ਵਿੱਚ ਆਪਣੇ ਮਨੋਰੰਜਨ ਲਈ ਆਪਣੀ ਜਾਣਕਾਰੀ ਲਈ, ਉਹ ਵੀ ਕੁੜੀਆਂ ਬੁੜੀਆਂ ਨੇ। ਠੀਕ ਆ, ਬਿਲਕੁਲ। ਤੇ ਹਾਂਜੀ ਇਹ ਇੱਕ ਹੀ ਹਾਨੀ ਆ, ਪਰਮਾਤਮਾ ਕਰੇ ਵੀ ਉਹਨਾਂ ਨੂੰ ਤਲੀਮ ਮਿਲ ਜਾਏ ਜਿਹੜੀਆਂ ਕਹਿਣ ਵਾਲੀਆਂ, ਤੇ ਇਹ ਵੀ ਫਿਰ 100% ਹੀ ਹੱਲ ਹੀ ਲਾਭ ਹੀ ਲਾਭ ਹੋ ਜਾਣ, ਹਾਨੀ ਕਹਿਣਾ ਹੀ ਨਾ ਪਵੇ। ਧੰਨਵਾਦ ਜੀ, ਤੇ ਮੈਂ ਨਾ ਜਿੰਨੇ ਤੁਸੀਂ ਭੇਜਦੇ ਆ ਸੱਜਣ ਫੁੱਲ ਬੂਟੇ ਵਗੈਰਾ ਸਟੇਟ ਸਾਰੇ ਵੇਹਣਾ, ਤੇ ਅੱਜ ਮੈਂ ਵੀ ਇੱਕ ਭੇਜਿਆ ਆੜੂਆਂ ਦਾ ਬੂਟਾ ਜੀ, ਉਹ ਲਾ ਦਿਓ ਕਿਤੇ ਮੈਨੂੰ ਵੀ ਪਤਾ ਲੱਗ ਜੂ ਵੀ ਅਸੀਂ ਇੰਨੇ ਚਾਹ ਕਰਦੇ ਸਾਡੇ ਨੂੰ ਕੋਈ ਵੇਹਦਾ। ਬਿਲਕੁਲ ਜੀ, ਬਿਲਕੁਲ, ਤੁਹਾਡੇ ਵੀ ਜਿਹੜੇ ਆ ਫੁੱਲ ਬੂਟੇ ਸਾਡੇ ਕੋਲ ਪਹੁੰਚੇ ਜ਼ਰੂਰ ਲਵਾਂਗੇ, ਪਰ ਇੱਕ ਗੁਜ਼ਾਰਿਸ਼ ਰਹੂਗੀ ਕਿ ਜਦੋਂ ਤੁਸੀਂ ਫੁੱਲ ਬੂਟੇ ਭੇਜਦੇ ਹੋ ਬਸ ਇੰਨਾ ਕੁ ਖਿਆਲ ਰੱਖੋ ਕਿ ਵਿੱਚ ਫੋਟੋ ਨਾ ਹੋਵੇ, ਇਕੱਲੇ ਫੁੱਲ ਬੂਟੇ ਹੋਣ, ਅਤੇ ਜ਼ਰੂਰ ਆਪਾਂ ਅਨਾਊਂਸ ਕਰਕੇ ਤੁਹਾਡੇ ਫੁੱਲ ਬੂਟੇ ਜਿਹੜੇ ਆ ਸਟੇਟਸ 'ਤੇ ਲਗਾਵਾਂਗੇ। ਫਿਲਹਾਲ ਆਓ ਚੱਲੀਏ, ਮੋਹਨ ਜੀ ਬਠਿੰਡਾ ਤੋਂ ਸਾਡੇ ਨਾਲ ਨੇ, ਕੀ ਲੈ ਕੇ ਪਹੁੰਚੇ ਨੇ, ਕਲਾ ਦਾ ਕਿਹੜਾ ਰੰਗ ਹੈ ਇਹਨਾਂ ਕੋਲ ਬਣਾਉਣੇ ਆ ਸਾਂਝ। ਮੋਹਨ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ। ਹਾਂਜੀ ਗਗਨ ਜੀ, ਤੁਹਾਨੂੰ ਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ। ਜੀ ਮੋਹਨ ਜੀ, ਤੁਹਾਨੂੰ ਵੀ ਸਤਿ ਸ੍ਰੀ ਅਕਾਲ, ਨਾਲ ਸਵਾਗਤ ਅੱਜ ਦੇ ਇਸ ਪ੍ਰੋਗਰਾਮ 'ਚ, ਤੇ ਫਿਰ ਅੱਜ ਮੋਹਨ ਜੀ ਨਾਲ ਕਿਹੜਾ ਖਜ਼ਾਨਾ ਪਹੁੰਚਿਆ ਕਲਾ ਦਾ? ਮੋਹਨ ਜੀ ਵੀ ਸਾਰਿਆਂ ਵਾਂਗੂ ਗੀਤ ਹੀ ਸੁਣਾਉਣਗੇ, ਤੇ ਗੈਲ ਆਂਟੀ ਨੂੰ ਖਾਸ ਕਰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਬਹੁਤ ਦਿਨਾਂ ਬਾਅਦ ਆਵਾਜ਼ ਸੁਣੀ ਹੈ ਇਹਨਾਂ ਦੀ। ਵਾਕਈ ਵਾਕਈ ਗਿੱਲ ਆਂਟੀ, ਦੇਖੋ ਆਪ ਹੀ ਕਹਿੰਦੇ ਮੈਂ ਹੁਣ 3 ਦਿਨ ਦੀ ਜਿਹੜੀ ਹੈ ਬ੍ਰੇਕ ਲਿਆ ਕਰਨੀ ਆ, ਤਾਂ ਕਿ ਬਾਕੀ ਸਾਰੇ ਪਰਿਵਾਰ ਦੇ ਵਿੱਚ ਜਿਹੜੇ ਵੀ ਸਾਡੇ ਸਰੋਤੇ ਆ ਰਹੇ ਆ ਉਹਨਾਂ ਨੂੰ ਮੌਕਾ ਮਿਲੇ। ਬਿਲਕੁਲ ਬਿਲਕੁਲ, ਬਣਦੀ ਆ ਉਹਨਾਂ ਦੀ ਬ੍ਰੇਕ ਦਾ ਜਿੰਨਾ ਟਾਈਮ, ਉਹ 3 ਦਿਨਾਂ ਦਾ ਇੱਕ ਵਾਰੀ ਜੇ ਲੈ ਜਾਂਦੇ ਨੇ। ਸੋ ਗਿੱਲ ਆਂਟੀ ਜਿਹੜੇ ਆ ਹੁਣ ਇਸੇ ਕਰਕੇ ਉਹ ਕਹਿੰਦੇ ਵੀ ਮੈਂ ਹੁਣ ਸਾਰਿਆਂ ਦੇ ਨਾਲ ਹੀ ਚੱਲਣਾ ਜੀ। ਹਾਂਜੀ ਹਾਂਜੀ, ਚਲੋ ਮੈਂ ਵੀ ਬਹੁਤਾ ਟਾਈਮ ਲਾਉਂਦਾ ਵਾਂ, ਤੇ ਲੋ ਇੱਕ ਗੀਤ ਲੈ ਕੇ ਆਇਆ, ਦਾਨੀ ਸਾਹਿਬ ਦਾ ਹੀ ਲਿਖਿਆ ਹੋਇਆ, ਗੁਰਦੀਪ ਦਾਨੀ ਜੀ ਦਾ ਜੀ ਜੀ, ਤੇ ਕੋਸ਼ਿਸ਼ ਕਰਦੇ ਆ ਉਹਨੂੰ ਗਾ ਕੇ ਸੁਣਾਵਾ। ਠੰਡੀ ਠੰਡੀ ਪੂਰੇ ਵਾਲੀ ਪਾਉਣ ਵਿੱਚ ਅੰਦਰਿਆ, ਲੱਗ ਗਈ ਜਵਾਨੀ ਬਾਤਾਂ ਪਾਉਣ ਵਿੱਚ ਅੰਦਰਿਆ, ਹਰ ਇੱਕ ਗੱਲ ਮੈਂ ਤਾਂ ਸਮਝੀ ਵੇ ਬੈਠੀ, ਤੈਨੂੰ ਸਮਝ ਆਵੇ ਦੱਸ ਕੌਣ ਵਿੱਚ ਅੰਦਰਿਆ। ਠੰਡੀ ਠੰਡੀ ਪੂਰੇ ਵਾਲੀ ਪਾਉਣ ਵਿੱਚ ਅੰਦਰਿਆ, ਸੋਚਿਆ ਨੀ ਹੋਣਾ ਕਦੇ ਸੁਪਨੇ ਚ ਤੂੰ, ਸੁਪਨੇ ਵੀ ਤੇਰੇ ਹੁਣ ਆਉਣ ਵਿੱਚ ਅੰਦਰਿਆ। ਠੰਡੀ ਠੰਡੀ ਪੂਰੇ ਵਾਲੀ ਪਾਉਣ ਵਿੱਚ ਅੰਦਰਿਆ,
ਵਿਸਾਖ ਵਾਲੀ ਜਿਵੇਂ ਵੇ ਵਿਸਾਖੀ ਲੰਘ ਗਈ, ਲੰਘ ਜੇ ਨਾ ਕਿਤੇ ਸਾਡਾ ਸਾਉਣ ਵਿੱਚ ਅੰਦਰਿਆ, ਠੰਡੀ ਠੰਡੀ ਪੂਰੇ ਵਾਲੀ ਪਾਉਣ ਵਿੱਚ ਅੰਦਰਿਆ, ਦੇ ਕਦੇ ਦੀਦ ਸਾਡੇ ਰੋਂਦੇ ਹੋਏ ਦੀਦਿਆਂ ਨੂੰ, ਦੇ ਕਦੇ ਦੀਦ ਸਾਡੇ ਰੋਂਦੇ ਹੋਏ ਦੀਦਿਆਂ ਨੂੰ, ਤੇਰੇ ਅੱਗੇ ਵਾਸਤੇ ਇਹ ਪਾਉਣ ਵਿੱਚ ਅੰਦਰਿਆ, ਠੰਡੀ ਠੰਡੀ ਪੂਰੇ ਵਾਲੀ ਪਾਉਣ ਵਿੱਚ ਅੰਦਰਿਆ, ਦਿਨੋ ਦਿਨ ਚੋਈ ਜਾਣ ਹਿਜਰਾਂ ਦੇ ਫੱਟ ਵੇ, ਮਲਮ ਲਗਾਵੇ ਹੁਣ ਕੌਣ ਵਿੱਚ ਅੰਦਰਿਆ, ਠੰਡੀ ਠੰਡੀ ਪੂਰੇ ਵਾਲੀ ਪਾਉਣ ਵਿੱਚ ਅੰਦਰਿਆ, ਸਾਡੀ ਸੁੰਨੀ ਧਰਤੀ ਨੂੰ ਪੱਗ ਕਦੋਂ ਲੱਗਣੇ ਵੇ, ਪੱਗਾਂ ਵਾਲੇ ਦਿਨ ਛੇਤੀ ਆਉਣ ਵਿੱਚ ਅੰਦਰਿਆ, ਠੰਡੀ ਠੰਡੀ ਪੂਰੇ ਵਾਲੀ ਪਾਉਣ ਵਿੱਚ ਅੰਦਰਿਆ, ਦਾਨੀ ਕਦੇ ਪੜ ਸਾਡੇ ਅੱਖ ਵਾਲੇ ਅੱਖਰਾਂ ਨੂੰ, ਦਾਨੀ ਕਦੇ ਪੜ ਸਾਡੇ ਅੱਖ ਵਾਲੇ ਅੱਖਰਾਂ ਨੂੰ, ਨੈਣ ਤੈਨੂੰ ਮਹਾਰਣੀ ਸੁਣਾਉਣ ਵਿੱਚ ਅੰਦਰਿਆ, ਠੰਡੀ ਠੰਡੀ ਪੂਰੇ ਵਾਲੀ ਪਾਉਣ ਵਿੱਚ ਅੰਦਰਿਆ, ਲੱਗ ਗਈ ਜਵਾਨੀ ਬਾਤਾਂ ਪਾਉਣ ਵਿੱਚ ਅੰਦਰਿਆ, ਠੰਡੀ ਠੰਡੀ ਪੂਰੇ ਵਾਲੀ ਪਾਉਣ ਵਿੱਚ ਅੰਦਰਿਆ। ਵਾਹ, ਲਓ ਜੀ, ਬਹੁਤ ਕਿਆ ਧੰਨਵਾਦ। ਬਾਤ ਹੈ, ਕਿਆ ਬਾਤ ਹੈ ਮੋਹਨ ਜੀ, ਬਹੁਤ ਹੀ ਪਿਆਰੀ ਆਵਾਜ਼ ਅਤੇ ਬਹੁਤ ਹੀ ਸੋਹਣਾ ਗੀਤ ਜੋ ਇਸ ਵੇਲੇ ਇਸ ਮੰਚ 'ਤੇ ਸਾਡੇ ਨਾਲ ਤੁਸੀਂ ਸਾਂਝਾ ਕੀਤਾ, ਸੋ ਬਹੁਤ ਵਧੀਆ ਲੱਗਿਆ। ਬਾ ਕਮਾਲ, ਫੇਸਬੁੱਕ 'ਤੇ ਜਿਹੜੇ ਸੁਨੇਹੇ ਆ ਰਹੇ ਨੇ ਤੁਸੀਂ ਸਾਰਿਆਂ ਨੇ ਆਪੇ ਹੀ ਨਾਲ ਪੜ੍ਹਦੇ ਜਾਣਾ, ਅਤੇ ਬਾਕੀ ਦੇ ਜਿਹੜੇ ਵਟਸਐਪ ਵਾਲੇ ਸੁਨੇਹੇ ਨੇ ਮੈਂ ਨਾਲ ਨਾਲ ਪੜ੍ਹਦੀ ਰਹੂੰਗੀ। ਸੋ ਫੇਸਬੁੱਕ ਵਾਲਾ ਵੀ ਵਾਕਈ ਬਹੁਤ ਸੋਹਣਾ ਉਪਰਾਲਾ ਕੀਤਾ ਜੀ, ਫੇਸਬੁੱਕ ਵਾਲਾ, ਤੇ ਅਸੀਂ ਜੀ ਨਾਲ ਨਾਲ ਆਨੰਦ ਮਾਣਿਆ ਕਰਾਂਗੇ ਹੁਣ ਫੇਸਬੁੱਕ ਤੇ ਵੀ, ਬਿਲਕੁਲ ਤੇ ਮੋਹਨ ਬਹੁਤ ਜੀ, ਧੰਨਵਾਦ ਇਸੇ ਜੀ ਟਾਈਮ ਕਰਕੇ ਦੇਣ ਕਿ ਲਈ। ਮੈਨੂੰ ਹੁਣ ਬਹੁਤ ਸਾਰੇ ਸੁਨੇਹੇ ਨੇ, ਜੇ ਨਹੀਂ ਵੀ ਪੜ੍ਹੇ ਜਾਂਦੇ ਤਾਂ ਮਨ 'ਚ ਅਫਸੋਸ ਨਹੀਂ ਹੁੰਦਾ, ਮੈਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਰੇਡੀਓ ਦੇ ਪਰਿਵਾਰਿਕ ਮੈਂਬਰ ਉਹਨਾਂ ਸੁਨੇਹਿਆਂ ਨੂੰ ਉੱਥੇ ਜਾ ਕੇ ਪੜ੍ਹ ਸਕਦੇ ਨੇ, ਸੋ ਇਸ ਗੱਲ ਦੀ ਮੈਨੂੰ ਜੀ ਵੀ ਬਿਲਕੁਲ ਖੁਸ਼ੀ ਹੈ। ਬਿਲਕੁਲ ਬਿਲਕੁਲ ਜੀ, ਸੋ ਬਹੁਤ ਬਹੁਤ ਸ਼ੁਕਰੀਆ ਮੋਹਨ ਜੀ ਪ੍ਰੋਗਰਾਮ ਨਾਲ ਜੁੜਨ ਦੇ ਲਈ, ਇਸ ਮੰਚ 'ਤੇ ਆਉਣ ਦੇ ਲਈ, ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ। ਧੰਨਵਾਦ। ਸੋ ਬਿਲਕੁਲ ਜੀ ਮੋਹਨ ਜੀ, ਬਹੁਤ ਹੀ ਸੋਹਣਾ ਗੀਤ ਬੜੀ ਹੀ ਸੁਰੀਲੀ ਆਵਾਜ਼ 'ਚ ਸਾਂਝਾ ਕਰਕੇ ਗਏ ਨੇ, ਅਤੇ ਲਓ ਫਿਰ ਹੁਣ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਰਣਦੀਪ ਕੌਰ ਜੀ, ਵੇਖਦੇ ਹਾਂ ਇਕੱਲੇ ਆਏ ਨੇ ਜਾਂ ਫਿਰ ਸਾਡੀ ਦੋਨਾਂ ਭੈਣਾਂ ਦੀ ਜੋੜੀ ਪਹੁੰਚੀ ਹੈ, ਇਹ ਤਾਂ ਹੁਣ ਸਾਂਝ ਪਾ ਕੇ ਪਤਾ ਚੱਲਣਾ। ਲਓ ਫਿਰ ਚੱਲੀਏ ਇਹਨਾਂ ਦੇ ਵੱਲ। ਸੋ ਬਹੁਤ ਬਹੁਤ ਸਵਾਗਤ ਰਣਦੀਪ ਜੀ, ਇਕੱਲੇ ਹੋ ਕਿ ਜੋੜੀ ਹੈ ਸਾਡੀ ਅੱਜ? ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ ਬੜੀ ਮਿਹਰਬਾਨੀ। ਦੇਖ ਲਓ, ਮੈਨੂੰ ਅੰਦਾਜ਼ਾ ਹੋ ਗਿਆ ਸੀ ਵੀ ਅੱਜ ਜੋੜੀ ਪਹੁੰਚੀ ਆ, ਮੈਨੂੰ ਤਾਂ ਜਵਾਬ ਹੀ ਨਹੀਂ ਦੇਣ ਦਿੰਦੀ, ਖਬਰ ਹੀ ਨਹੀਂ ਕਰਿਆ ਜਾਂਦਾ। ਦੇਖ ਲਓ ਫਿਰ ਮਨਪ੍ਰੀਤ ਜੀ ਆਏ ਆ। ਸਰ ਸਵਾਗਤ ਧੱਕੇ ਦੀ ਦੋਨਾਂ ਭੈਣਾਂ ਪਰਵਾਹ, ਦਾ, ਕੀ ਲੈ ਕੇ ਆਏ ਹੋ ਅੱਜ? ਸ਼ੁਕਰੀਆ ਬੜੀ ਮਿਹਰਬਾਨੀ, ਧੰਨਵਾਦ ਜੀ। ਗੀਤ ਲੈ ਕੇ ਆਏ ਜੀ, ਤੇ ਸੁਣਾਵਾਂਗੇ ਜੀ ਤੁਹਾਨੂੰ, ਪਰਦੇਸੀ ਮਾਂ ਦਾ ਤੇ ਪੁੱਤ ਦਾ ਤੇ ਘਰਾਂ ਵਾਲੀ ਦਾ ਤੇ ਬੇਟੀ ਦਾ, ਛੋਟੀ ਜੀ ਦਾ ਆਪਸ ਨੇ ਗੱਲਬਾਤ ਆਈ ਜੀ ਦੇ ਵਿੱਚ। ਆ ਜਾਓ ਫਿਰ। ਹਾਂਜੀ ਚਲੋ ਜੀ ਜੀ। ਪਰਦੇਸੀ ਵਸਦਿਆਂ ਲਾਲ ਵੇ, ਤੈਨੂੰ ਪੁੱਛਦੀਆਂ ਇੱਕ ਸਵਾਲ ਵੇ, ਪਰਦੇਸੀ ਵਸਦਿਆਂ ਲਾਲ ਵੇ, ਤੈਨੂੰ ਪੁੱਛਦੀਆਂ ਇੱਕ ਸਵਾਲ ਵੇ, ਤੈਨੂੰ ਆਉਂਦਾ ਮੇਰਾ ਖਿਆਲ ਹੈ ਕਦੇ ਕਿ ਨਾ,
ਕਿਸ ਹਾਲ ਚ ਵਸਦਾ ਹੈ ਪੁੱਤਰਾ, ਕਿਸ ਹਾਲ ਚ ਵਸਦੀ ਮਾਂ, ਕਿਸ ਹਾਲ ਚ ਵਸਦਾ ਹੈ ਪੁੱਤਰਾ, ਕਿਸ ਹਾਲ ਚ ਵਸਦੀ ਮਾਂ। ਕਾਹਦਾ ਪਰਦੇਸੀ ਬਸਣਾ ਮਾਂ, ਨਾ ਕੁਝ ਪੁੱਛਣਾ ਤੇ ਨਾ ਕੁਝ ਦੱਸਣਾ ਮਾਂ, ਕਾਹਦਾ ਪਰਦੇਸੀ ਬਸਣਾ ਮਾਂ, ਨਾ ਕੁਝ ਪੁੱਛਣਾ ਤੇ ਨਾ ਕੁਝ ਦੱਸਣਾ ਵਾ, ਪੈਂਦਾ ਉੱਤੋਂ ਬਾਲੀ ਦਾ ਹੈ ਹੱਸਣਾ ਲੋਕਾਂ ਚਾਰੀ ਮਾਂ, ਜਦ ਯਾਦ ਵਤਨ ਦੀ ਆਵੇ ਫਿਰ ਜੇ ਸੀਨੇ ਆਰੀ ਮਾਂ, ਜਦ ਯਾਦ ਵਤਨ ਦੀ ਆ ਜੇ ਫਿਰ ਜੇ ਸੀਨੇ ਆਰੀ ਮਾਂ। ਲੱਗੀ ਤੇਰੇ ਲੜੇ ਭਾਗਣ ਵੇ, ਮੈਨੂੰ ਲੋਕੀ ਕਹਿਣ ਸੁਹਾਗਣ ਵੇ, ਲੱਗੀ ਤੇਰੇ ਲੜੇ ਭਾਗਣ ਵੇ, ਮੈਨੂੰ ਲੋਕੀ ਕਹਿਣ ਸੁਹਾਗਣ ਵੇ, ਪਰ ਤੇਰੇ ਘਰ ਦੀ ਆਏ, ਪਰ ਤੇਰੇ ਘਰ ਦੀ ਬਣ ਕੇ ਰਹਿਗੀ ਲਾਗਣ ਵੇ, ਹਰ ਸਾਲ ਵਿਆਹ ਵਾਲੇ ਦਿਨ ਲਾਵਾਂ ਕਲੀਆਂ ਮਹਿੰਦੀ ਵੇ, ਪਰ ਹਰ ਸਾਲ ਮੈਂ ਲਾਵਾਂ ਵਿਆਹ ਵਾਲੇ ਦਿਨ ਕਲੀਆਂ ਮਹਿੰਦੀ ਵੇ। ਮੇਰੀ ਜ਼ਿੰਦਗੀ ਦੀ ਤਕਦੀਰੇ ਨੀ, ਮੈਂ ਜਾਵਾਂ ਸਦਕੇ ਸਿਦਕ ਦੀ ਤਸਵੀਰੇ ਨੀ, ਮੇਰੀ ਜ਼ਿੰਦਗੀ ਦੀ ਤਕਦੀਰੇ ਨੀ, ਮੈਂ ਜਾਵਾਂ ਸਦਕੇ ਸਿਦਕ ਦੀ ਤਸਵੀਰੇ ਨੀ, ਜਦੋਂ ਆਉਂਦੇ ਯਾਦ ਹਾਇ ਕਲੀਰੇ ਗੋਰੇ ਗੁੱਟਾਂ ਨੂੰ, ਤੂੰ ਕੀ ਜਾਣੇ ਕਿਵੇਂ ਪੀਵਾਂ ਸਬਰ ਦੇ ਕੌੜੇ ਕੁੱਟਾਂ ਨੂੰ, ਤੂੰ ਕੀ ਜਾਣੇ ਕਿੰਜ ਪੀਵਾਂ ਸਬਰ ਦੇ ਕੌੜੇ ਕੁੱਟਾਂ ਨੂੰ। ਮੰਮੀ ਦੀ ਗੋਦੀ ਵਿੱਚ ਚੜ ਕੇ ਹੈ ਤੱਕਦੀ ਪਾਪਾ ਰਾ ਤੇਰਾ ਮੈਂ ਖੜ ਕੇ, ਮੰਮੀ ਦੀ ਗੋਦੀ ਵਿੱਚ ਚੜ ਕੇ ਰਾ ਤੱਕਦੀ ਪਾਪਾ ਮੈਂ ਖੜ ਕੇ, ਮੈਂ ਤੁਰਨਾ ਸਿੱਖ ਗਈ ਹੜ ਤੋਂ ਫਿਰ ਦੀਆਂ ਬਾਈਆਂ ਪਾਪਾ ਜੀ, ਤੁਰਨਾ ਸਿੱਖ ਗਈ ਹੜ ਤੋਂ ਫਿਰ ਦੀਆਂ ਬਾਈਆਂ ਪਾਪਾ ਜੀ, ਘਰ ਨੂੰ ਆ ਜੋ ਸਾਨੂੰ ਲੋੜ ਨੀ ਤੋਹਫਿਆਂ ਦੀ, ਪਾਪਾ ਜੀ ਘਰ ਨੂੰ ਆ ਜੋ ਸਾਨੂੰ ਲੋੜ ਨੀ ਤੋਹਫਿਆਂ ਦੀ। ਮੇਰੇ ਬਸ ਨਾ ਬੱਚੀਏ ਰਹਿ ਗਿਆ ਨੀ, ਬਿੱਟੂ ਬੇਬਸ ਹੋ ਕੇ ਬਹਿ ਗਿਆ ਨੀ, ਮੇਰੇ ਬਸ ਨਾ ਬੱਚੀਏ ਰਹਿ ਗਿਆ ਨੀ, ਬਿੱਟੂ ਬੇਬਸ ਹੋ ਕੇ ਬਹਿ ਗਿਆ ਨੀ, ਮੇਰੇ ਸਾਲ ਕਲੇਜੇ ਹਾਏ ਪੈ ਗਿਆ ਸੱਚ ਸੁਣਾਵਾਂ ਮੈਂ, ਹੁਣ ਮੇਰਾ ਤਾਜੀ ਕਰਦਾ ਖੰਭ ਲਾ ਕੇ ਉਡਿਆਵਾਂ ਮੈਂ, ਹੁਣ ਮੇਰਾ ਤਾਂ ਜੀ ਕਰਦਾ ਖੰਭ ਲਾ ਕੇ ਉਡਿਆ ਮਾਂ ਮੈਂ। ਧੰਨਵਾਦ ਜੀ। ਕਿਆ ਬਾਤ ਹੈ, ਕਿਆ ਬਾਤ ਹੈ ਮਨਪ੍ਰੀਤ ਜੀ, ਰਣਦੀਪ ਜੀ, ਬਹੁਤ ਹੀ ਪਿਆਰਾ ਗੀਤ, ਬਹੁਤ ਸੋਹਣੀ ਆਵਾਜ਼ ਅਤੇ ਬਹੁਤ ਹੀ ਸੋਹਣਾ ਅੰਦਾਜ਼ ਤੁਹਾਡਾ, ਅਤੇ ਬਿਲਕੁਲ ਰੌਣਕਾਂ ਲਾਤੀਆਂ ਨੇ, ਅਤੇ ਮੇਰੇ ਕੋਲ ਬਹੁਤ ਸਾਰੇ ਸੁਨੇਹੇ ਨੇ ਜਿਹੜੇ ਇਸ ਵੇਲੇ ਪਹੁੰਚ ਰਹੇ ਨੇ ਇਸ ਮੰਚ ਦੇ। ਰਾਮਜੀਤ ਖੁੰਗੜਾ ਜੀ ਕਹਿ ਰਹੇ ਆ ਵਾਜੀ ਵਾਹ ਰਣਦੀਪ ਅਤੇ ਮਨਪ੍ਰੀਤ ਭੈਣ, ਕਮਾਲ ਕਰਤੀ, ਬਹੁਤ ਸੋਹਣਾ ਗੀਤ ਸੁਣਾਇਆ, ਅਤੇ ਨਾਲ ਹੀ ਸੁਖਵਿੰਦਰ ਕੌਰ ਜੀ ਬਠਿੰਡਾ ਤੋਂ ਕਹਿ ਰਹੇ ਆ ਵਾਜੀ ਵਾਹ, ਕਿਆ ਬਾਤ ਹੈ ਮਨਪ੍ਰੀਤ ਅਤੇ ਰਣਦੀਪ, ਬਹੁਤ ਸੋਹਣਾ ਗੀਤ ਜਿਹੜਾ ਤੁਸੀਂ ਸਾਂਝਾ ਕਰਕੇ ਗਏ ਹੋ, ਬਹੁਤ ਬਹੁਤ ਸ਼ੁਕਰੀਆ। ਅਤੇ ਬਾਕੀ ਫੇਸਬੁੱਕ ਵਾਲੇ
ਸੁਨੇਹੇ ਹੁਣ ਤੁਸੀਂ ਨਾਲ ਨਾਲ ਪੜ੍ਹਦੇ ਜਾਣਾ। ਵਿਸ਼ਾਲ ਕੁਮਾਰ ਜੀ ਕਹਿ ਰਹੇ ਜੀ ਬਹੁਤ ਹੀ ਵਧੀਆ ਗੀਤ, ਸੋਹਣਾ ਪ੍ਰੋਗਰਾਮ, ਸੋਹਣੀ ਪੇਸ਼ਕਾਰੀ, ਸੋਹਣੀਆਂ ਆਵਾਜ਼ਾਂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਜੀ। ਓਕੇ ਜੀ, ਸੋ ਧੰਨਵਾਦ। ਦੇਖ ਲਓ ਦੋਨੋਂ ਭੈਣਾਂ ਨੇ ਕੱਲੇ ਕੱਲੇ ਕੀਤਾ, ਹੁਣ ਮਨਪ੍ਰੀਤ ਜੀ ਜਿਹੜੇ ਓਵਰਲੈਪ ਨਹੀਂ ਕਰਕੇ ਗਏ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਦੋਵਾਂ ਦਾ ਪ੍ਰੋਗਰਾਮ 'ਚ ਆਉਣ ਦੇ ਲਈ, ਸਾਡੇ ਨਾਲ ਸਾਂਝ ਬਣਾਉਣ ਦੇ ਲਈ। ਅਤੇ ਸਤਪਾਲ ਕਿੰਗਰਾ ਜੀ, ਤੁਹਾਡੀ ਜਿਹੜੀ ਕਾਲ ਡਿਸਕਨੈਕਟ ਹੋ ਗਈ ਹੈ, ਬਹੁਤ ਜਲਦ ਤੁਹਾਡੇ ਨਾਲ ਵੀ ਸਾਂਝ ਬਣਾਵਾਂਗੇ। ਅਤੇ ਜਗਜੀਤ ਜੀ ਜਿਹੜੇ ਆ, ਜਗਦੀਸ਼ ਜੀ ਅੰਮ੍ਰਿਤਸਰ ਤੋਂ, ਆਪਾਂ ਇੱਕ ਵਾਰ ਫਿਰ ਦੇਖਦੇ ਹਾਂ ਜੀ ਉਹਨਾਂ ਨਾਲ ਕਾਲ ਕਨੈਕਟ ਕਰਕੇ, ਕਿਉਂਕਿ ਅੱਜ ਕਾਫੀ ਉਹਨਾਂ ਦੀਆਂ ਕਾਲਸ ਪਰ ਕਾਲ ਪ੍ਰੋਗਰਾਮ ਦੇ ਵਿੱਚ ਸ਼ੁਰੂ 'ਚ ਨਹੀਂ ਲੱਗੀ ਹੈ। ਜੇ ਕਾਲ ਲੱਗਦੀ ਹੈ, ਕਾਲ ਜਿਹੜੀ ਹੈ ਸਾਡੇ ਨਾਲ ਜੁੜਦੀ ਹੈ ਪ੍ਰੋਗਰਾਮ ਦੇ ਵਿੱਚ, ਤਾਂ ਫਿਰ ਜ਼ਰੂਰ ਉਹਨਾਂ ਦੇ ਨਾਲ ਸਾਂਝ ਬਣਾਵਾਂਗੇ। ਪਰ ਫਿਲਹਾਲ ਇਸ ਵੇਲੇ ਮੇਰੇ ਕੋਲ ਬਹੁਤ ਸਾਰੇ ਤੁਹਾਡੇ ਸੁਨੇਹੇ, ਅਤੇ ਪਰ ਨਾਲ ਹੀ ਮੇਰੇ ਕੋਲ ਨਾ ਇੱਕ ਦਵਿੰਦਰ ਕੌਰ ਧਾਲੀਵਾਲ ਜੀ ਵੱਲੋਂ ਰਚਨਾ ਜਿਹੜੀ ਹੈ ਆਡੀਓ ਦੇ ਰੂਪ ਦੇ ਵਿੱਚ ਪਹੁੰਚੀ ਹੈ, ਉਹ ਜ਼ਰੂਰ ਆਪਾਂ ਸੁਣਾਂਗੇ। ਅਤੇ ਲਓ ਫਿਰ ਇੱਕ ਰਚਨਾ ਸੁਣਨ ਤੋਂ ਬਾਅਦ ਆਪਾਂ ਚੱਲਦੇ ਹਾਂ ਬਚਿੱਤਰ ਸਿੰਘ ਜੀ ਹੋਰਾਂ ਵੱਲ, ਜੋ ਅਮੈਰੀਕਾ ਤੋਂ ਸਾਡੇ ਨਾਲ ਨੇ। ਪਰ ਪਹਿਲਾਂ ਦਵਿੰਦਰ ਕੌਰ ਧਾਲੀਵਾਲ ਜੀ ਦੀ ਪਹੁੰਚੀ ਹੋਈ ਰਚਨਾ, ਜਿਸ ਦੀ ਲੱਗੇ ਹਾਂ ਜੀ ਸਾਂਝ ਤੁਹਾਡੇ ਸਾਰਿਆਂ ਦੇ ਨਾਲ ਆਪਾਂ ਪਾਉਣ। ਨਜ਼ਮ ਕਲਮ ਲਹੂ, ਇਹ ਨਜ਼ਮ ਅੰਮ੍ਰਿਤਾ ਪ੍ਰੀਤਮ ਜੀ ਦੀ ਨਾਗਮਣੀ ਚ ਵੀ ਛਪੀ ਸੀ। ਜੇ ਕਿਸੇ ਦੇ ਘਰ ਦਾ ਕੋਈ ਕਮਰਾ ਮਰ ਜਾਵੇ, ਫਿਰ ਕਮਰੇ ਦੀ ਸੋਗੀ ਰੂਹ ਵਿਹੜੇ ਚ ਉਤਰ ਆਵੇ। ਜੇ ਕਿਸੇ ਦੇ ਘਰ ਦਾ ਕੋਈ ਕਮਰਾ ਮਰ ਜਾਵੇ, ਫਿਰ ਕਮਰੇ ਦੀ ਸੋਗੀ ਰੂਹ ਵਿਹੜੇ ਚ ਉਤਰ ਆਵੇ। ਜੇਠ ਹਾੜ ਦੀਆਂ ਧੁੱਪਾਂ ਜਿਹੇ ਹੋ ਕੇ ਲਵੇ, ਜੇਠ ਹਾੜ ਦੀਆਂ ਧੁੱਪਾਂ ਜਿਹੇ ਹੋ ਕੇ ਲਵੇ, ਜਾਂ ਪੋਦੇ ਪਾਲੇ ਜਿਹਾ ਕੋਈ ਬਹਿਣ ਪਾਵੇ, ਉਹ ਕਾਲੇ ਕਾਨਿਆਂ ਦੀ ਅਰਥੀ ਬਣਾਵੇ, ਉਹ ਕਾਲੇ ਕਾਨਿਆਂ ਦੀ ਅਰਥੀ ਬਣਾਵੇ, ਫਿਰ ਕਾਲੇ ਵਰਿਆਂ ਦੇ ਕਫਨ 'ਤੇ ਉਹ ਜ਼ਿੰਦਗੀ ਦੇ ਹਰਫਾਂ ਦੀਆਂ ਬੂਟੀਆਂ ਪਾਵੇ, ਫਿਰ ਕਾਲੇ ਵਰਿਆਂ ਦੇ ਕਫਨ 'ਤੇ ਉਹ ਜ਼ਿੰਦਗੀ ਦੇ ਹਰਫਾਂ ਦੀਆਂ ਬੂਟੀਆਂ ਪਾਵੇ, ਅਤੇ ਆਪਣੀ ਚਿਤਾ 'ਤੇ ਆਪਣੇ ਹੀ ਹੱਥਾਂ ਨੂੰ ਸੇਕਣ ਬਹਿ ਜਾਵੇ, ਤਾਂ ਫਿਰ ਉਹ ਕਾਲੇ ਕਾਨਿਆਂ ਦੀ ਅਰਥੀ ਬਣਾਵੇ, ਫਿਰ ਕਾਲੇ ਵਰਿਆਂ ਦੇ ਕਫਨ 'ਤੇ ਉਹ ਜ਼ਿੰਦਗੀ ਦੇ ਹਰਫਾਂ ਦੀਆਂ ਬੂਟੀਆਂ ਪਾਵੇ, ਅਤੇ ਆਪਣੀ ਚਿਤਾ 'ਤੇ ਆਪਣੇ ਹੀ ਹੱਥਾਂ ਨੂੰ ਸੇਕਣ ਬਹਿ ਜਾਵੇ, ਤਾਂ ਫਿਰ ਕੁਐਸਚਨ ਹੈ। ਧੰਨਵਾਦ। ਵਾਹ ਜੀ ਵਾਹ, ਕਿਆ ਬਾਤ ਹੈ ਦਵਿੰਦਰ ਜੀ, ਬਹੁਤ ਸੋਹਣੀ ਤੁਹਾਡੀ ਰਚਨਾ, ਸੋ ਦਿਲਾਂ ਨੂੰ ਛੂਹਣ ਵਾਲੀ। ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਔਰ ਮੈਸੇਜ ਦੇ ਜ਼ਰੀਏ ਸਾਂਝ ਬਣੀ, ਬਹੁਤ ਬਹੁਤ ਸ਼ੁਕਰੀਆ। ਲਓ ਜੀ, ਇਸ ਵੇਲੇ ਬਚਿੱਤਰ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ, ਪਿੱਛੇ ਪਿੱਛੇ ਕੁਲਵੰਤ ਜੀ ਅਤੇ ਸਤਪਾਲ ਕਿੰਗਰਾ ਜੀ। ਸਤਪਾਲ ਕਿੰਗਰਾ ਜੀ, ਤੁਸੀਂ ਡਾਇਰੈਕਟ ਲਾਈਨ 'ਤੇ ਵੀ ਕਾਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ, ਅਤੇ ਨਾਲ ਨਾਲ ਕੁਲਵੰਤ ਜੀ ਤੁਹਾਡੇ ਨਾਲ ਵੀ ਬਹੁਤ ਜਲਦੀ ਸਾਂਝ ਬਣਾਉਣੇ ਆ। ਫਿਲਹਾਲ ਚੱਲਦੇ ਹਾਂ ਬਚਿੱਤਰ ਸਿੰਘ ਜੀ ਹੋਰਾਂ ਵੱਲ, ਸੋ ਸਮੇਂ ਦਾ ਖਿਆਲ ਤੁਸੀਂ ਸਾਰਿਆਂ ਨੇ ਰੱਖਣਾ, ਕਿਉਂਕਿ ਭੱਜਣ ਭਜਾਉਣ ਵਾਲਾ ਸਮਾਂ ਆਪਣਾ ਸ਼ੁਰੂ ਹੋ ਚੁੱਕਿਆ। ਸੋ ਬਹੁਤ ਬਹੁਤ ਸਵਾਗਤ ਬਚਿੱਤਰ ਸਿੰਘ ਜੀ ਪ੍ਰੋਗਰਾਮ 'ਚ। ਧੰਨਵਾਦ ਗਗਨ ਜੀ, ਬਹੁਤ ਮੇਰੇ ਵੇਨੇ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਤੁਹਾਨੂੰ ਵੀ ਸਮਾਂ ਥੋੜਾ ਤੇ ਮੈਂ ਗਜ਼ਲ ਹੀ ਸ਼ੁਰੂ ਕਰਦਾ ਅੱਜ ਫਿਰ। ਤੇ ਇਹ ਗਜ਼ਲ ਹੈਗੀ ਆ ਆਪਣੇ ਗਗਨ, ਜਦੋਂ ਆਪਣੇ ਹੋਈ ਸੀ ਨਾ ਨੋਟਬੰਦੀ ਮੋਦੀ ਨੇ ਕਰੀ ਸੀ, ਉਦੋਂ ਦਾ ਨਜ਼ਾਰਾ ਕਵੀ ਨੇ ਪੇਸ਼ ਕੀਤਾ ਹੋਇਆ ਵੀ ਲੋਕ ਕਿਵੇਂ ਬੈਂਕਾਂ ਦੇ ਮੂਹਰੇ ਖੜੇ ਸੀਗੇ, ਹੈਨਾ। ਤੇ ਉਹ ਮੈਂ ਸੁਣਾਉਣਾ ਜੀ। ਤੇ ਹੋਇਆ ਵੀ ਇੱਕ ਦੂਜੇ ਨੂੰ ਬੁਰਾ ਭਲਾ ਅਖਵਾਉਣ ਕਤਾਰਾਂ ਵਿੱਚ ਖੜੇ, ਇੱਕ ਦੂਜੇ ਤੋਂ ਬੁਰਾ ਭਲਾ ਅਖਵਾਉਣ ਕਤਾਰਾਂ ਵਿੱਚ ਖੜੇ, ਲੋਕ ਵਿਚਾਰੇ ਕਿੱਦਾਂ ਮਨ ਸਮਝਾਉਣ ਕਤਾਰਾਂ ਵਿੱਚ ਖੜੇ। ਤੇ ਅੱਗੇ ਆ,
ਵੀ ਅਸਰ ਸੁੱਖ ਵਾਲੇ ਤਾਂ ਨੋਟ ਪਲਾਂ ਵਿੱਚ ਲੈ ਜਾਂਦੇ, ਭੁੱਖੇ ਪਿਆਸੇ ਹੋਸ਼ ਹਵਾਸ ਹਵਾਸ ਗਵਾਉਣ ਕਤਾਰਾਂ ਵਿੱਚ ਖੜੇ, ਭੁੱਖੇ ਪਿਆਸੇ ਹੋਸ਼ ਹਵਾਸ ਗਵਾਉਣ ਕਤਾਰਾਂ ਵਿੱਚ ਖੜੇ, ਅੱਖ ਖੋਲਦਿਆਂ ਸਾਰ ਹੀ ਬੈਂਕਾਂ ਨੂੰ ਭੱਜ ਲੈਂਦੇ ਨੇ, ਰੋਟੀ ਟੁੱਕ ਵੀ ਉੱਥੇ ਹੀ ਮੰਗਵਾਉਣ ਕਤਾਰਾਂ ਵਿੱਚ ਖੜੇ, ਕਿਆ ਬਾਤ ਹੈ, ਰੋਟੀ ਟੁੱਕ ਵੀ ਉੱਥੇ ਹੀ ਮੰਗਵਾਉਣ ਕਤਾਰਾਂ ਵਿੱਚ ਖੜੇ। ਤੇ ਅਗਲਾ ਸ਼ੇਰ ਆ ਬਈ, ਮੋਰਚਿਆਂ ਵਿੱਚ ਜਿਵੇਂ ਲੜਾਈ ਲੱਗੀ ਤੋਂ, ਮੋਰਚਿਆਂ ਵਿੱਚ ਜਿਵੇਂ ਲੜਾਈ ਲੱਗੀ ਤੋਂ ਫੌਜੀ ਡਟੇ, ਇੱਕ ਪਲ ਵੀ ਪੈਰ ਹਟਾਉਣ ਨਾ ਕਤਾਰਾਂ ਵਿੱਚ ਖੜੇ। ਕਿਆ ਬਾਤ ਹੈ, ਮੋਰਚਿਆਂ ਵਿੱਚ ਜਿਵੇਂ ਲੜਾਈ ਲੱਗੀ ਤੋਂ ਮੋਰਚਿਆਂ ਵਿੱਚ ਜਿਵੇਂ ਲੜਾਈ ਲੱਗੀ ਤੋਂ ਫੌਜੀ ਹੋਣ ਡਟੇ, ਭੋਰਾ ਵੀ ਨਾ ਪਿੱਛੇ ਪੈਰ ਹਟਾਉਣ ਕਤਾਰਾਂ ਵਿੱਚ ਖੜੇ। ਕਿਆ ਬਾਤ ਹੈ, ਤੇ ਕੁਝ ਤਾਂ ਅੱਗ ਬਬੂਲੇ ਹੋ ਕੇ ਭੰਡਣ ਖੂਬ ਹਕੂਮਤ ਨੂੰ, ਕੁਝ ਵਿਚਾਰੇ ਹਾਲੇ ਵੀ ਗੁਣ ਗਾਉਣ ਕਤਾਰਾਂ ਵਿੱਚ ਖੜੇ, ਤੇ ਕਈਆਂ ਨੂੰ ਤਾਂ ਭਾਰੇ ਭਾਰੇ ਬੈਗ ਫੜਾਏ ਧਨੀਆਂ ਨੇ, ਕਈਆਂ ਨੂੰ ਤਾਂ ਭਾਰੇ ਭਾਰੇ ਬੈਗ ਫੜਾਏ ਧਨੀਆਂ ਨੇ, 500 ਲੈ ਕੇ 250,000 ਬਚਾਉਣ ਕਤਾਰਾਂ ਵਿੱਚ ਖੜੇ। ਕਿਆ ਬਾਤ ਹੈ, ਇਹ ਸਾਰੀਆਂ ਗੱਲਾਂ ਸੱਚੀਆਂ ਨੇ ਗਗਨ, ਬਿਲਕੁਲ ਬਿਲਕੁਲ, 500 ਲੈ ਕੇ 250,000 ਬਚਾਉਣ ਕਤਾਰਾਂ ਵਿੱਚ ਖੜੇ। ਤੇ ਜਿਹੜਾ ਆਖਰੀ ਸ਼ੇਰ ਆ ਉਹ ਇਹ ਆ ਬਈ, ਜ਼ਖਮੀ ਘਰ ਦੇ ਸੌਦੇ ਮੁੱਕੇ ਹੈ ਭੁੱਲੇ ਕਵੀਆਂ, ਜ਼ਖਮੀ ਉਹ ਜਿਹੜਾ ਕਵੀ ਆ ਨਾ ਉਹਦਾ ਨਾਮ ਕਰਮ ਸਿੰਘ ਜ਼ਖਮੀ ਆ, ਤੇ ਜ਼ਖਮੀ ਘਰ ਦੇ ਸੌਦੇ ਮੁੱਕੇ, ਯਾਦ ਰਹਿਣ ਨਾ ਕਵੀਆਂ ਨੂੰ, ਯਾਦ ਰਹਿਣ ਨਾ ਕਵੀਆਂ ਨੂੰ, ਤੇ ਲੱਗ ਜਾਂਦੇ ਨੇ ਗਜ਼ਲਾਂ ਗੀਤ ਸੁਣਾਉਣ ਕਤਾਰਾਂ ਵਿੱਚ ਖੜੇ। ਨਹੀਂ ਨਹੀਂ ਬਚਿੱਤਰ ਸਿੰਘ ਜੀ, ਤੁਸੀਂ ਬਹੁਤ ਅੱਛੀ ਕੋਸ਼ਿਸ਼ ਕਰਦੇ ਹੋ, ਜ਼ਿੰਦਗੀ ਚ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ। ਸੋ ਬਹੁਤ ਵਧੀਆ ਲੱਗਿਆ, ਸਮਾਂ ਹੁਣ ਆਪਣਾ ਭੱਜਣ ਭਜਾਉਣ ਵਾਲਾ, ਤੇ ਮੈਨੂੰ ਲਾਉਣੀ ਪੈਣੀ ਆ ਰੇਸ। ਸੋ ਬਹੁਤ ਬਹੁਤ ਸ਼ੁਕਰੀਆ, ਬਹੁਤ ਸੋਹਣੀ ਰਚਨਾ ਸਾਂਝੀ ਕੀਤੀ। ਸੋ ਬਿਲਕੁਲ ਜੀ, ਬਚਿੱਤਰ ਸਿੰਘ ਜੀ ਸਾਡੇ ਨਾਲ ਜੁੜੇ ਸੀ ਇਸ ਵੇਲੇ, ਸਤਪਾਲ ਕਿੰਗਰਾ ਜੀ ਜੁੜੇ ਨੇ, ਤੇ ਇੱਕ ਫੇਸਬੁੱਕ ਦੇ ਜ਼ਰੀਏ ਸੁਨੇਹਾ ਜਿਹੜਾ ਮੇਰੇ ਕੋਲ ਪਹੁੰਚਿਆ, ਗਜ਼ਲ ਪਹੁੰਚੀ ਹੈ ਜੀ, ਇਸ਼ਤਿਆਕ ਅੰਸਾਰੀ ਲਹਿੰਦਾ ਪੰਜਾਬ ਨਰੋਵਾਲ ਤੋਂ। ਸੋ ਕੋਸ਼ਿਸ਼ ਕਰਦੇ ਇਹਨਾਂ ਦੀ ਰਚਨਾ ਦੀ ਸਾਂਝ ਪਾਉਣ ਦੇ ਲਈ। ਕਹਿੰਦੇ ਆ ਜੀ, ਅਸੀਂ ਰੁਲ ਗਏ ਹਾਂ ਵਿੱਚ ਪਰਦੇਸਾਂ ਦੇ, ਅਜ਼ਲਾਂ ਤੋਂ ਲਿਖਿਆ ਵਿੱਚ ਲੇਖਾਂ ਦੇ, ਕਿਸੇ ਹੋਰ ਨੂੰ ਦੋਸ਼ੀ ਕਹਿਣਾ ਨਹੀਂ, ਹੱਥੀਂ ਆਪਣੇ ਲਾਈ ਅੱਗ ਨੂੰ ਸੇਕਾਂਗੇ, ਜੱਗ ਵੇਖੇਗਾ ਤਮਾਸ਼ਾ ਸਾਡਾ, ਅਸੀਂ ਅੱਜ ਜੱਗ ਬਹਿ ਵੇਖਾਂਗੇ, ਕੰਢੇ ਭਾਵੇਂ ਕੋਈ ਫੁੱਲ ਖਿਲਾਰੇ, ਅਸੀਂ ਕਿਸੇ ਨੂੰ ਨਾ ਰੋਕਾਂਗੇ, ਕੌਣ ਆਪਣਾ ਤੇ ਕੌਣ ਪਰਾਇਆ ਏ, ਜੱਗ ਤੋਂ ਵੱਖਰੇ ਬਹਿ ਸੋਚਾਂਗੇ, ਜੱਗ ਤੋਂ ਵੱਖਰੇ ਬਹਿ ਸੋਚਾਂਗੇ। ਅੰਸਾਰੀ, ਹੱਸ ਕੇ ਸਭ ਕੁਝ ਸਹਿ ਜਾਣਾ, ਕਸਮ ਖੁਦਾ ਦੀ ਕਦੀ ਨਾ ਟੋਕਾਂਗੇ। ਸੋ ਕਿਆ ਬਾਤ ਹੈ, ਇਸ਼ਤਿਆਕ ਅੰਸਾਰੀ ਲਹਿੰਦਾ ਪੰਜਾਬ ਨਰੋਵਾਲ ਤੋਂ ਸਾਡੇ ਨਾਲ ਜੁੜੇ। ਸੋ ਬਹੁਤ ਵਧੀਆ ਲੱਗਿਆ ਜੀ, ਸ਼ੁਕਰੀਆ ਸਾਡੇ ਇਸ ਵਿਹੜੇ ਦੇ ਵਿੱਚ ਆਉਣ ਦੇ ਲਈ। ਗੁਰਵਿੰਦਰ ਜੀ, ਅੱਛਾ ਜੀ ਕਹਿ ਰਹੇ ਨੇ, ਸੋ ਗੁਰਵਿੰਦਰ ਜੀ ਕਹਿ ਰਹੇ ਸਾਰਿਆਂ ਨੂੰ ਵੀ ਦੱਸੋ,
ਇਹ ਹੈਗੇ ਜੀ ਸਾਰੇ ਫੇਸਬੁੱਕ ਦੇ ਸੁਨੇਹੇ ਜਿਹੜੇ ਤੁਸੀਂ ਪੜ੍ਹ ਸਕਦੇ ਹੋ। ਫਿਲਹਾਲ ਵਟਸਐਪ ਦੇ ਜ਼ਰੀਏ ਵੀ ਮੇਰੇ ਕੋਲ ਬਹੁਤ ਸਾਰੇ ਸੁਨੇਹੇ ਪਹੁੰਚੇ ਨੇ, ਪਰ ਇਸ ਵੇਲੇ ਸਤਪਾਲ ਕਿੰਗਰਾ ਜੀ ਸਾਡੇ ਨਾਲ ਜੁੜੇ ਨੇ, ਚੱਲਦੇ ਆ ਉਹਨਾਂ ਦੇ ਵੱਲ, ਦੇਖਦੇ ਆ ਕਲਾ ਦਾ ਕਿਹੜਾ ਰੰਗ ਉਹਨਾਂ ਦੇ ਕੋਲ ਹੈ। ਸਤਪਾਲ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ। ਲੱਗਦਾ ਜੀ ਸਤਪਾਲ ਜੀ ਹੋਰਾਂ ਦੀ ਕਾਲ ਡਰੋਪ ਹੋ ਗਈ ਹੈ। ਖੈਰ ਕੋਈ ਗੱਲ ਨਹੀਂ, ਆਪਾਂ ਫਿਰ ਤੁਹਾਡੇ ਜਿਹੜੇ ਮੇਰੇ ਕੋਲ ਪਹੁੰਚੇ ਸੁਨੇਹੇ ਨੇ ਉਹਨਾਂ ਦੀ ਸਾਂਝ ਪਾ ਲੈਂਦੇ ਹਾਂ। ਸੋ ਇਸ ਵੇਲੇ ਸਤਪਾਲ ਜੀ ਕਹਿ ਰਹੇ ਗਗਨ ਜੀ ਸਮਾਂ ਸਮਾਪਤ ਹੋਣ ਵਾਲਾ ਹੈ, ਪਰ ਰਚਨਾ ਜਿਹੜੀ ਹੈ ਇਹਨਾਂ ਦੀ ਮੇਰੇ ਖਿਆਲ 'ਚ ਇੰਨੇ ਸਮੇਂ ਦੇ ਵਿੱਚ ਪੂਰੀ ਨਹੀਂ ਹੋਣੀ ਸੀ। ਖੈਰ ਸਤਪਾਲ ਜੀ, ਜੇ ਤੁਸੀਂ ਆ ਸਕਦੇ ਹੋ ਤਾਂ ਆ ਜਾਓ, ਹਜੇ ਆਪਣੇ ਕੋਲ ਫਿਰ ਵੀ ਸਮਾਂ ਹੈਗਾ, ਕਮ ਸੇ ਕਮ 3 ਕੁ ਮਿੰਟ ਹੈਗੇ ਆਪਣੇ ਕੋਲ। ਅਤੇ ਨਾਲ ਕਹਿ ਰਿਹਾ ਜੀ ਹੈ ਭਲੂਰੀਆਂ ਕੋਲ ਬੜਾ ਖਜ਼ਾਨਾ, ਬੰਦਾ ਘਰ ਦਾ ਨਹੀਂ ਬੇਗਾਨਾ, ਇੱਕ ਤੀਰ ਨਾਲ ਡਬਲ ਨਿਸ਼ਾਨਾ, ਗੀਤ ਅੱਜ ਕਹਿੰਦਾ ਏ ਗਗਨਦੀਪ ਜੀ, ਮੈਂ ਤਰੰਨਮ ਦੇ ਵਿੱਚ ਇਹ ਸੁਣਾਉਣਾ, ਮੈਂ ਤਰਜ ਵੀ ਆਪ ਹੀ ਬਣਾਉਣਾ। ਸੋ ਕਿਆ ਬਾਤ ਹੈ, ਵਾਹ ਜੀ ਵਾਹ ਵੱਡੇ ਬਾਈ ਜੀ, ਕਿਆ ਬਾਤ ਹੈ, ਸੋਹਣਾ ਗੀਤ। ਲਓ ਜੀ ਸਤਪਾਲ ਜੀ ਆ ਹੀ ਗਏ ਨੇ, ਅਤੇ ਫਿਰ ਆਪਾਂ ਚੱਲਦੇ ਹਾਂ ਇਹਨਾਂ ਦੇ ਨਾਲ, ਦੇਖਦੇ ਹਾਂ ਕੀ ਸੁਣਾਉਂਦੇ ਨੇ। ਸੋ ਸਤਪਾਲ ਜੀ ਸਵਾਗਤ ਪ੍ਰੋਗਰਾਮ 'ਚ। ਸਤਪਾਲ ਜੀ ਮੇਰੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ? ਹੈਲੋ, ਹਾਂਜੀ 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 ਪਹੁੰਚ ਗਈ ਤੁਹਾਡੀ। ਹੈਲੋ ਤੇ ਸਵਾਗਤ, ਫਟਾਫਟ ਆ ਜਾਓ, ਜੋ ਵੀ ਕਲਾ ਦਾ ਰੰਗ ਤੁਹਾਡੇ ਕੋਲ ਹੈਗਾ। ਬਾਬਾ ਜੁੱਤੀ ਲਾ ਕੇ ਹੱਥ 'ਚ ਫੜਨ ਲੱਗਾ ਜੀ, ਭੱਜਣ ਲੱਗਾ ਮੈਂ ਬਾਹਰ ਖੋਲ ਕੇ। ਚਲੋ ਫਿਰ ਚਲੀਏ ਜੀ। ਮੈਂ ਪੇਸ਼ ਕਰਨ ਲੱਗਿਆ, ਕਹਿੰਦਾ ਦੁਨੀਆਂ ਤੇ ਆਉਣਾ ਹੀ ਬੰਦੇ ਦਾ ਕੀ ਹੈ ਜੇ ਬੰਦੇ ਦਾ ਸਤਿਕਾਰ ਹੀ ਨਹੀਂ। ਚੰਦ ਕ ਲੈਣਾ ਬਸ, ਮੈਂ ਸਫਾਈ ਅੰਤਰ ਹੀ ਕਹੂੰਗਾ ਜੀ, ਬਹੁਤਾ ਨਹੀਂ। ਜ਼ਰੂਰ ਜ਼ਰੂਰ। ਹੋ ਜੂਏ ਜੈਸੀ ਕਾਰ ਨਾ ਜਨਮ ਚ ਹਾਰ ਨਾ ਹੋਵੇ, ਹੋ ਜੂਣ ਲੱਗੀ ਜੇ ਦੁਨੀਆਂ ਤੇ ਸਤਿਕਾਰ ਨਾ ਹੋਵੇ, ਹੋ ਜੂਣ ਲੱਗੀ ਜੇ ਦੁਨੀਆਂ ਤੇ ਸਤਿਕਾਰ ਨਾ ਹੋਵੇ, ਹੋ ਚੰਦਰਾ ਮਰੇ ਗੁਆਂਢੀ ਜੋ ਨਿਤ ਢੋਰਾ ਲਾਵੇ, ਹੋ ਰਿਸ਼ਤੇਦਾਰ ਕਿ ਫੂਕਣਾ ਉਹ ਜਿਹੜਾ ਕੰਮ ਨਾ ਆਵੇ, ਹੋ ਜਿਹੜਾ ਕੰਮ ਨਾ ਆਵੇ, ਹੋ ਰੱਬਿਆ ਬਾਉੜੇ ਜੇ ਪਾਪੀ ਸੰਸਾਰ ਨਾ ਹੋਵੇ, ਹੋ ਜਾਉਣਾ ਕੀ ਜੇ ਦੁਨੀਆਂ ਤੇ ਸਤਿਕਾਰ ਨਾ ਹੋਵੇ, ਹੋ ਪੂਰੀ ਨਾ ਜੋ ਅਰਜ ਕਰੇ ਉਹ ਯਾਰ ਕਾਸਦਾ, ਹੋ ਜੋ ਨਾ ਸੁਣੇ ਗਰੀਬਾਂ ਦੀ ਸਰਦਾਰ ਕਾਸਦਾ, ਉਹ ਸਰਦਾਰ ਕਾਸਦਾ, ਉਹ ਕਿਉਂ ਡਰੇ ਜੇ ਵੈੜੀ ਹੱਥ ਹਥਿਆਰ ਨਾ ਹੋਵੇ, ਉਹ ਜਾਉਣਾ ਕੀ ਜੇ ਦੁਨੀਆਂ ਸੇ ਸਤਿਕਾਰ ਨਾ ਹੋਵੇ, ਨਿਜ ਹੋਇਆ ਪੁੱਤ ਮਾਂ ਨੂੰ ਜੋ ਮੰਦਾ ਬੋਲੇ, ਹੋ ਤੀ ਕਾਸ ਦੇ ਮਾਪਿਆਂ ਦੀ ਪਤਖਾ ਚਰੋਲੇ, ਹੋ ਪਤਖਾ ਚਰੋਲੇ, ਭਾਈਆਂ ਜੇਡ ਪਿਆਰ ਨਾ ਜੇ ਵਿੱਚ ਖਾਰ ਨਾ ਹੋਵੇ, ਹੋ ਜਾਉਣਾ ਕੀ ਜੇ ਦੁਨੀਆਂ ਤੇ ਸਤਿਕਾਰ ਨਾ ਹੋਵੇ, ਹੋ ਜਾਉਣਾ ਕੀ ਜੇ ਦੁਨੀਆਂ ਤੇ ਸਤਿਕਾਰ ਨਾ ਹੋਵੇ। ਕਿਆ ਬਾਤ ਹੈ ਸਤਪਾਲ ਜੀ, ਬਹੁਤ ਬਹੁਤ ਸ਼ੁਕਰੀਆ। ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਇਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਇਆ ਜਾਵੇ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ, ਜੋ ਵੀ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਚੱਲੇ, ਇੱਕ ਨਵਾਂ ਸੁਨੇਹਾ, ਨਵੇਂ ਸਰੋਤੇ ਜਿਹੜੇ ਆ ਪ੍ਰੋਗਰਾਮ ਦੇ ਵਿੱਚ ਪਰਿਵਾਰ ਦੇ ਵਿੱਚ ਐਡ ਹੋਏ ਨੇ, ਗੁਰਵਿੰਦਰ ਸਿੰਘ ਨਿੱਜਰ ਪਿੰਡ ਡੁਮੇਲੀ ਜ਼ਿਲ੍ਹਾ ਕਪੂਰਥਲਾ ਤੋਂ। ਸੋ ਤੁਹਾਡਾ ਵੀ ਨਿੱਘਾ ਜਿਹਾ ਸਵਾਗਤ, ਅਤੇ ਅੱਜ ਦਾ ਪ੍ਰੋਗਰਾਮ ਇੱਥੇ ਹੁੰਦਾ ਸਮਾਪਤ। ਦਿਓ ਗਗਨਦੀਪ ਨੂੰ ਇਜਾਜ਼ਤ। ਸੋ ਬਿਲਕੁਲ ਜੀ, ਸੋਮਵਾਰ ਨੂੰ ਫਿਰ ਮਿਲਾਂਗੇ, ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਹੋਊਗਾ, ਉਸ ਦਿਨ ਫੇਸਬੁੱਕ ਲਾਈਵ ਨਹੀਂ ਹੋਊਗਾ। ਸੋ ਮੰਗਲਵਾਰ ਨੂੰ ਫੇਸਬੁੱਕ ਲਾਈਵ 'ਤੇ ਤੁਹਾਡੇ ਨਾਲ ਸਾਂਝ ਪਏਗੀ ਰੇਡੀਓ ਚੰਦ ਪਰਦੇਸੀ 'ਤੇ ਸੋਮਵਾਰ ਨੂੰ। ਸੋ ਹੁਣ ਅੱਜ ਦੇ ਇਸ ਪ੍ਰੋਗਰਾਮ 'ਚੋਂ ਗਗਨਦੀਪ ਚਾਹੇਗੀ ਇਜਾਜ਼ਤ। ਸੋ ਪ੍ਰੋਗਰਾਮ ਦਾ ਲਿੰਕ ਜਿਹੜਾ ਤੁਹਾਡੇ ਕੋਲ ਪਹੁੰਚਿਆ ਇਹਨੂੰ ਸ਼ੇਅਰ ਜ਼ਰੂਰ ਕਰਿਓ, ਇੰਨੀ ਕੁ ਮੇਰੀ ਗੁਜ਼ਾਰਿਸ਼ ਤੁਹਾਨੂੰ ਸਾਰਿਆਂ ਨੂੰ। ਸੋ ਅੱਜ ਦੇ ਪ੍ਰੋਗਰਾਮ 'ਚੋਂ ਚਾਹੀਦੀ ਹੈ ਜੀ ਹੁਣ ਇਜਾਜ਼ਤ।